ਪਿਆਰੇ 사ਸੰਗ ਜੀ ਉਹ ਸਮਾਂ ਆ ਚੁੱਕਾ ਹੈ ਕਿ ਜੂਛੇਨਛਾ ਜਲਦੀ ਹੀ ਸਟੇਜ ਤੇ ਪਹੁੰਚ ਰਹੇ ਹਨ ਮੈਂ ਆਈ ਸੰਗਤ ਅੱਗੇ ਬੇਨਤੀ ਕਰਾਂ ਕਿ ਜਿਨ੍ਹਾਂ ਕੋਲ ਮੋਬਾਈਲ ਫੋਨ ਨੇ ਉਹ ਆਪਣੇ ਮੋਬਾਈਲ ਫੋਨ ਨੂੰ ਸਵਿਚ ਆਫ ਕਰ ਲੈਣ ਫਿਰ 사ਸੰਗ ਤੋਂ ਬਾਅਦ ਫਿਰ ਚਾਲੂ ਕਰ ਲੈਣਾ ਔਰ ਆਈ ਸੰਗਤ ਨੂੰ ਬੇਨਤੀ ਹੈ ਕਿ ਜਿਨ੍ਹਾਂ ਪੈਣਾ ਮਾਤਾਵਾ ਕੋਲ ਬੱਚੇ ਨੇ ਉਹ ਪਿੱਛੇ ਲੈ ਕੇ ਬੈਠਣ ਤਾਂ ਕਿ 사ਸੰਗ ਦੇ ਦੌਰਾਨ ਕਿਸੇ ਕਿਸਮਾ ਕਲੇਨਾ ਪਵੇ ਬਾਕੀ ਫਿਰ ਬੇਨਤੀ ਆਵਾਜ਼ ਦੇ ਵਿੱਚ ਕਰਾਂਗੇ ਰਾਧਾ ਸੰਗੀਤial ਕਿਦਾ ਰਾਧਾ ਸੰਗੀਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੌੜੀ ਮੁਹੱਲਾ ਤੀਜਾ ਇਸ ਜੁਗ ਕਾ ਧਰਮ ਪੜੋ ਤੋ ਮਪਾਈ ਪੂਰੇ ਗੁਰ ਸਭ ਸੋਜੀ ਪਾਈ ਸਜਗ ਕਾ ਧਰਮ ਪੜੋ ਤੂਮ ਪਾਈ ਪੂਰੇ ਕਰ ਸਭ ਸੋਜੀ ਪਾਈ ਇਹ ਬਣੀ ਮਹਾਰਾਏ ਤੀਸਰੀ ਪਾਰਸ਼ੇਈ ਸ਼੍ਰੀ ਗੁਰੂ ਅਮਰਦਾਸ ਜੀ ਦੀ ਗੁਰੂ ਸਾਹਿਬ ਜੀ ਯੁੱਗ ਦੇ ਮੁਤਾਬਕ ਸਾਨੂੰ ਫਰਮਾ ਰਹੇ ਕਿਉਂਕਿ ਹਾਰੇ ਕਮਾਹ ਪੁਰਖ ਜੱਜਾ ਦੇ ਵੀ ਦੁਨੀਆ ਚਾਉਂਦੇ ਹੈ ਉਹ ਹੀ ਸਮਝਾਉਂਦੇ ਹੈ ਕਿ ਭਾਈ ਬੱਕਰ ਦਾ ਕੰਮ ਕਰੋ ਬੇਮੌਸਮੇ ਬੀਜ ਬੀਜਣ ਦਾ ਕੋਈ ਫਾਇਦਾ ਨਹੀਂ ਯੁੱਗ ਦੇ ਮੁਤਾਬਕ ਕੰਮ ਕੀਤਾ ਜਾਏ ਤਾਂ ਉਹਦਾ ਕੋਈ ਫਾਇਦਾ ਮਿਲਦਾ ਹੈ ਮਹਾਰਾਜੀ ਸ੍ਰੀ ਪਾਤਸ਼ੀ ਗੁਰੂ ਅਮਰਦਾਸ ਜੀ ਨੇ ਆਪਣੀ ਪਹਿਲੀ ਵਸਤਾ ਦੇ ਵਿੱਚ ਪ੍ਰਾਤਨ ਕਰਮਾਂ ਦੇ ਪ੍ਰਾਜਨ ਯੋਗਾਂ ਦੇ ਕਰਮ ਕੀਤੇ 22 ਵਾਰ ਉਹਨਾਂ ਨੇ ਤੀਰਥ ਯਾਤਰਾ ਕੀਤੀ ਔਰ ਜਗਮਾਸ਼ੇਵੀ ਕਰਦੇ ਰਹੇ ਲੇਕਿਨ ਬਣਿਆ ਕੁਛ ਨਹੀਂ ਕਿਉਂਕਿ ਬੱਕਰ ਦਾ ਕੰਮ ਨਹੀਂ ਸੀ ਜਿਨ੍ਹਾਂ ਯੁੱਗਾਂ ਦੇ ਕਰਮ ਅਸੀਂ ਹੁਣ ਵੀ ਸਾਰੇ ਲੋਕ ਕਰ ਰਹੇ ਆਂ ਇਕਨ ਸਾਨੂੰ ਇਹ ਨਹੀਂ ਪਤਾ ਕਿ ਉਸ ਵਕਤ ਸਾਡੀ ਉਮਰ ਜਿਹੜੀ ਉਹ ਕਿੰਨੀ ਸੀ ਤੇ ਅੱਜ ਸਾਡੀ ਉਮਰ ਕਿੰਨੀ ਹੈ ਜਿਨ੍ਹਾਂ ਯੁੱਗਾਂ ਦੇ ਕਰਮ ਅੱਜ ਵੀ ਅਸੀਂ ਕਰ ਰਹੇ ਆਂ ਉਹਨਾਂ ਯੁੱਗਾਂ ਦੇ ਵਿੱਚ ਲੱਖਾਂ ਬਾਰੇ ਉਮਰਾਂ ਸਨ ਔਰ ਅੱਜ 100 ਸਾਲ ਕਾਲ ਭਗਵਾਨ ਨੇ ਸਾਡੀ ਉਮਰ ਰੱਖੀ 100 ਸਾਲ ਦਾ ਵੀ ਕੋਈ ਵਿਰਲਾ ਹੀ ਬੰਦਾ ਹੁੰਦਾ ਆਮ ਨਹੀਂ ਸਾਨੂੰ ਇਹ ਸਮਝ ਨਹੀਂ ਆਉਂਦੀ ਕਈ ਵਾਰ ਅੱਗੇ ਵੀ ਸੋਚਿਆ ਕਿ بڑے بڑے ਸੈਜਦਾਨ ਪੜੇ ਲਿਖੇ ਵੀ ਉਹ ਫਿਰ ਵੀ ਪ੍ਰਾਤਨ ਯੁੱਗਾਂ ਦੇ ਕਰਮ ਜਿਹੜੇ ਅੱਜ ਕਰ ਰਹੇ ਆ ਇਦੇ ਬਾਰੇ ਕਦੀ ਸੋਚ ਨਹੀਂ ਆਈ ਕਿ ਜਿਸ ਯੁੱਗ ਦੇ ਅਸੀਂ ਕਰਮ ਕਰ ਰਹੇ ਆ ਇਸ ਯੁੱਗ ਦੇ ਵਿੱਚ ਸਾਡੀ ਉਮਰ ਕਿਤਨੀ ਸੀ ਤੇ ਜਿਹੜੇ ਅਸੀਂ ਹੁਣ ਕਰਮ ਕਰ ਰਹੇ ਆ ਇਸ ਯੁੱਗ ਵਿੱਚ ਸਾਡੀ ਉਮਰ ਕਿਤਨੀ ਹੈ ਲੱਖਾਂ ਬਰਿਆਂ ਦਾ ਕੰਮ ਜਿਹੜਾ ਕੀ 100 ਸਾਲ ਦੇ ਵਿੱਚ ਅਸੀਂ ਉਹਨੂੰ ਮੁਕੰਮਲ ਕਰ ਸਕਦੇ ਆ ਇਹਦੇ ਬਾਰੇ ਅਸੀਂ ਕਦੀ ਨਹੀਂ ਸੋਚਿਆ ਦੇਖੋ ਦੁਨੀਆ ਦੇ ਵਿੱਚ ਬੜੇ ਬੜੇ ਪੜ੍ਹੇ ਲਿਖੇ ਬੜੇ ਬੜੇ ਸਾਇੰਸਦਾਨ ਜਿਨ੍ਹਾਂ ਨੇ ਬਹੁਤ ਕੁਝ ਬਣਾਇਆ ਦੁਨੀਆ ਦੇ ਉੱਤੇ ਲੇਕਿਨ ਇਸ ਬਾਰੇ ਨਹੀਂ ਸੋਚਿਆ ਇਸ ਬਾਰੇ ਕਦੀ ਨਹੀਂ ਸੋਚਿਆ ਵੀ ਅਸੀਂ ਜਿਹੜਾ ਅੱਜ ਕਰਮ ਕਰ ਰਹੇ ਆ ਇਹ ਕਿਸ ਯੁੱਗ ਦਾ ਕਰਮ ਸੀ ਤੇ ਉਸ ਯੁੱਗ ਵਿੱਚ ਸਾਡੀ ਉਮਰ ਕਿੰਨੀ ਸੀ ਇਹਦੇ ਬਾਰੇ ਨਹੀਂ ਅਸੀਂ ਸੋਚਿਆ ਆ ਦੁਨੀਆਂ 'ਚ ਦੇਖ ਲੋ ਹੋ ਰਿਹਾ ਪਿਛਲੇ ਪਰਾਦਰ ਯੁੱਗਾਂ ਦੇ ਕਰਮ ਕਰ ਰਹੇ ਅਸੀਂ ਦਵਾ ਤਬ ਕਰ ਰਹੇ ਕੀ ਫਾਇਦਾ ਦੇ ਵਿੱਚ ਹੋਏਗਾ ਇਹ ਵਿਚਾਰੀ ਨਹੀਂ ਇਹ ਸੰਤਮਾਪੁਰਖ ਜਿਨ੍ਹਾਂ ਨੇ ਦਿਨ ਰਾਤ ਨਾਮ ਦੀ ਕਮਾਈ ਕੀਤੀ ਹੈ ਇਹ ਉਹਨਾਂ ਨੂੰ ਪਤਾ ਹੈ ਕਿ ਵਕਤ ਦੇ ਮੁਤਾਬਕ ਕੰਮ ਕਰੀਏ ਤੇ ਉਹਦਾ ਫਾਇਦਾ ਹੈ ਮਾਰੇ ਤੀਸਰੀ ਪਾਰਥੀ ਜਦ ਸਤਗੁਰ ਦੇ ਪਾਸ ਆਏ ਗੁਰੂ ਅੰਗਦ ਦੇਵ ਦੇ ਪਾਸ ਉਹ ਵੀ ਕਿਸਣਾ ਆਏ ਉਹਨਾਂ ਦੇ ਘਰ ਵਿੱਚ ਹੀ ਭਤੀਜਾ ਨੂੰ ਲਗਦੀ ਸੀ ਉਹਨਾਂ ਦੀ ਜਿਹੜੀ ਬੀਬੀ ਅੰਮ੍ਰੋ ਕਰਕੇ ਉਹਨੂੰ ਬੁਲਾਉਂਦੇ ਸਨ ਉਹ ਲੜਕੀ ਬੜੀ ਨੇਕ پاک ਸੀ ਔਰ ਆਪਣੇ ਪਿਤਾ ਦਾ ਹੁਕਮ ਮੰਨਦੀ ਸੀ ਭਜਨ ਸਿਮਨ ਕਰਦੀ ਸੀ ਸਵੇਰ-ਸਵੇਰ ਉੱਠ ਕੇ ਕਰਦਾ ਕੰਮ ਕਰਨਾ ਨਾਲ ਬੜੀ ਲਹਿਰਨ ਦੇ ਨਾਲ ਸ਼ਬਦ ਪੜਨੇ ਇਹ ਸ਼ਬਦ ਪੜਿਆ ਜੇ ਸੋ ਚੰਦਾ ਉਗਵੇ ਸੂਰੀ ਚੜੇ ਹਜ਼ਾਰ ਇਹ ਤੀ ਚੰਦਨ ਹੁੰਦਿਆਂ ਗੁਰਬਿੰਨ ਕੋਰ ਹੰਦਾਰ ਜਦੋਂ ਇਹ ਗੁਰੂ ਸਾਹਿਬ ਨੇ ਸ਼ਬਦ ਸੁਣਿਆ ਤੇ ਬੜੇ ਹੈਰਾਨ ਹੋਏ ਕਿ ਕੌਣ ਹੈ ਉਹ ਗੁਰੂ ਕੌਣ ਉਹ ਮਹਾਂਪੁਰਖ ਹੈ ਇਹਨੇ ਚੰਦਰ ਮੇ ਸੂਰਜ ਹੁੰਦਿਆਂ ਹੋਈ ਵੀ ਹਨੇਰਾ ਜਦੋਂ ਲੜਕੀ ਨੂੰ ਪੁੱਛਿਆ ਤੇ ਉਸਨੇ ਆਪਣੇ ਪਿਤਾ ਦਾ ਇਸ਼ਾਰਾ ਦਿੱਤਾ ਕਹਿਣ ਲੱਗੇ ਅਸੀਂ ਤੇਰੇ ਪਿਤਾ ਦੇ ਪਾਸ ਕਈ ਮਾਰ ਗਏ ਆ ਲੜਕੀ ਨੇ ਕਿਹਾ ਠੀਕ ਹੈ ਤੁਸੀਂ ਗਏ ਹੋ ਪਰ ਰਿਸ਼ਤੇਦਾਰ ਬਣ ਕੇ ਜਾਂਦੇ ਰਹੋ ਉਹ ਰਿਸ਼ਤੇਦਾਰ ਬਣ ਕੇ ਤੁਹਾਡਾ ਆਦਰ ਮਾਨ ਕਰ ਦਿੰਦੇ ਰਹੇ ਆ ਨਾ ਤੁਸੀਂ ਕੁਝ ਲੈਣਗੇ ਨਾ ਤੁਹਾਨੂੰ ਉਹਨਾਂ ਕੁਝ ਦਿੱਤਾ ਹੈ ਇਹ ਸਾਡੀ ਹਰ ਇੱਕ ਬੰਦੇ ਦੀ ਖਾਸ ਜਿਹੜੀ ਹੈ ਅਲੱਗ-ਅਲੱਗ ਹੁੰਦੀ ਹੈ ਜੈਸੀ ਸਾਡੀ ਅੰਦਰਲੀ ਭਾਵਨਾ ਉਸੇ ਤਰ੍ਹਾਂ ਸਾਨੂੰ ਉਹਦਾ ਫਲ ਮਿਲਦਾ ਹੈ ਮਾਰੇ ਤੁਸੀਂ ਰਿਸ਼ਤੇਦਾਰ ਬਣ ਕੇ ਗਏ ਹੋ ਔਰ ਰਿਸ਼ਤੇਦਾਰ ਬਣ ਕੇ ਤੁਹਾਡਾ ਆਦਰਮਾਨ ਕਰ ਦਿੰਦੇ ਰਹੇ ਨਾ ਤੁਸੀਂ ਕੁਝ ਲੈਣਗੇ ਨਾ ਤੁਹਾਨੂੰ ਉਹਨਾਂ ਕੁਝ ਦਿੱਤਾ ਹੈ ਜਦੋਂ ਇਹਨਾਂ ਬਚਨ ਸੁਣਿਆ ਤੇ ਗੁਰੂ ਸਾਹਿਬ ਨਾਲ ਬੜਾ ਮਹਿਸੂਸ ਕੀਤਾ ਕਿ ਗੰਗਾ ਦੇ ਘਰ ਵਿੱਚ ਹੀ ਵਗਦੀ ਸੀ ਮੈਂ ਇਸ਼ਨਾਨ ਨਹੀਂ ਕਰ ਸਕਿਆ ਜਦੋਂ ਬੰਦੇ ਦਾ ਕਰਮ ਆ ਜਾਏ ਫਿਰ ਉਹ ਬੰਦਾ ਖਲੋਂਦਾ ਨਹੀਂ ਉਸੇ ਵੇਲੇ ਲੜਕੀ ਨੂੰ ਕਿਹਾ ਕਿ ਮੈਨੂੰ ਆਪਣੇ ਪਿਤਾ ਦੇ ਪਾਸ ਲੈ ਚਲ ਲੜਕੀ ਨੇ ਕਿਹਾ ਮਹਾਰਾਜ ਮੈਂ ਆਪਣੀ ਮਰਜ਼ੀ ਨਾਲ ਨਹੀਂ ਜਾਂਦੀ ਜਦੋਂ ਮੇਰੇ ਪਿਤਾ ਜੀ ਬੁਲਾਉਂਦੇ ਐ ਤੇ ਮੈਂ ਉਥੇ ਚਲੇ ਜਾਨੀ ਆ ਜਦੋਂ ਇਧਰ ਭੇਜਦੇ ਆ ਮੈਂ ਇੱਥੇ ਆ ਜਾਨੀ ਆ ਮੈਂ ਉਹਨਾਂ ਦੇ ਹੁਕਮ ਦੇ ਵਿੱਚ ਹੀ ਆਉਂਦੀ ਜਾਂਦੀ ਆ ਮੈਂ ਆਪਣੀ ਮਰਜ਼ੀ ਨਹੀਂ ਕਰਦੀ ਜਦੋਂ ਬੰਦੇ ਦੇ ਅੰਦਰ ਪਿਆਰ ਹੋਵੇ ਤੋ ਉਹਨੂੰ ਗੱਲ ਕਰਨ ਦੀ ਸਮਝ ਵੀ ਆ ਜਾਂਦੀ ਐ ਜੇ ਪਿਆਰ ਨਾ ਹੋਵੇ ਤੇ ਗੱਲ ਕਰਨ ਦੀ ਸਮਝ ਨਹੀਂ ਆਉਂਦੀ ਗੁਰੂ ਸਾਹਿਬ ਨੇ ਸੋਚਿਆ ਇਹ ਜੋ ਕੁਝ ਵੀ ਲੜਕੀ ਕਹਿ ਰਹੀ ਹੈ ਠੀਕ ਕਹਿ ਰਹੀ ਹੈ ਲੜਕੀ ਨੂੰ ਕਿਹਾ ਬੇਟੀ ਤੂੰ ਇਹ ਦੱਸ ਸਹੁਰੇ ਔਰ ਪਿਤਾ ਦੇ ਵਿੱਚ ਕਿੰਨਾ ਕੁ ਫਰਕ ਹੁੰਦਾ ਮੈਂ ਵੀ ਤੇ ਤੇਰਾ ਪਿਤਾ ਹੀ ਲੱਗਦਾ ਅੱਜ ਤੂੰ ਮੇਰਾ ਹੁਕਮ ਮੰਨ ਲੈ ਤੇ ਮੈਂ ਉਹਨੂੰ ਜ਼ਰੂਰ ਆਪਣੇ ਪਿਤਾ ਦੇ ਪਾਸ ਲੈ ਚਾਂ ਲੜਕੀ ਵੀ ਲਾਜਵਾਬ ਹੋ ਗਈ ਕਿਉਂਕਿ ਸਵਾਲ ਠੀਕ ਸੀ ਪਰ ਮਾਨ ਬੜਾ ਚਲਾ ਕੇ ਸਾਡੇ ਸਾਨਿਆਂ ਦੇ ਅੰਦਰ ਬੈਠਾ ਹੈ ਰਸਤੇ ਵਿੱਚ ਕਈ ਮਲਵਲੇ ਅੰਦਰ ਆਏ ਕਿ ਉਹ ਸਾਡੇ ਰਿਸ਼ਤੇਦਾਰ ਇਕੱਠੇ ਅਸੀਂ ਰਹਿੰਦੇ ਬੰਦੇ ਸੀ ਅੱਜ ਉਹਦੇ ਵਿੱਚ ਰੱਬੀ ਤਾਕਤ ਕਿੱਥੋਂ ਆ ਗਈ ਹੈ ਫੇਰ ਵੀ ਲੜਕੀ ਦੇ ਨਾਲ ਚਲਾ ਗਏ ਜਦੋਂ ਗੁਰੂ ਸਾਹਿਬ ਜੀ ਅਗਵਾਦਰਮਾਨ ਕਰਨ ਲੱਗੇ ਕਹਾਂ ਲੱਗੇ ਹੁਣ ਸਾਡਾ ਆਦਰ ਮਾਣ ਨਾ ਕਰਿਓ ਅਸੀਂ ਤੁਹਾਡੇ ਰਿਸ਼ਤੇਦਾਰ ਬਣ ਕੇ ਨਹੀਂ ਆਏ ਤੁਹਾਡੇ ਅਸੀਂ ਸੇਵਾਦਾਰ ਬਣ ਕੇ ਆਏ ਕੋਈ ਸੇਵਾ ਬਖਸ਼ੋ ਦਿਆ ਕਰੋ ਨਾਮਦਾਨ ਬਖਸ਼ ਜੇਦੋ ਕਰਮ ਆ ਜਾਏ ਫਿਰ ਬੰਦਾ ਨਹੀਂ ਖਲੁੰਦਾ ਗੁਰੂ ਸਾਹਿਬ ਨੇ ਸੋਚਿਆ ਇਹ ਹੁਣ ਕੁਝ ਲੈਣ ਆਏ ਪਰ ਦਈਏ ਕਿਨੂੰ ਹਰ ਬੰਦੇ ਦੇ ਅੰਦਰ ਜੋ ਵੀ ਕੋਈ ਕੰਮ ਕਰਦਾ ਹੈ ਉਹਦਾ ਥੋੜਾ ਬਹੁਤਾ ਅੰਦਰ ਮਾਨ ਹੁੰਦਾ ਹੈ 22 ਵਾਰ ਤੀਰਥ ਯਾਤਰਾ ਕਰਨਾ ਕੋਈ ਸੌਖੀ ਗੱਲ ਨਹੀਂ ਹੈ ਕਿਤਨਾ ਉਹਨੇ ਆਪਣੇ ਤਨ ਖਰਚ ਕੀਤਾ ਹੋਵੇਗਾ ਕਿੰਨਾ ਟਾਈਮ ਲੱਗਾ ਹੋਵੇਗਾ ਕਿੰتੀਆਂ ਮੁਸ਼ਕਲਾਂ ਗੱਟੀਆਂ ਹੋਣਗੀਆਂ ਔਰ ਜੱਗ ਮੋਸ਼ੇ ਵੀ ਕੀਤੇ ਗੁਰੂ ਸਾਹਿਬ ਨੇ ਸੋਚਿਆ ਇਨੂੰ ਕੋਈ ਐਸੀ ਕਰੜੀ ਸੇਵਾ ਦਸੀਏ ਜਲਦੀ ਤੋਂ ਜਲਦੀ ਸਾਫ਼ ਹੋਵੇ ਭਾਈ ਅੱਗੇ ਤੂੰ ਤੀਰਥਾਂ ਦਾ ਇਸ਼ਨਾਨ ਕਰਦਾ ਸੀ ਹੁਣ ਪਾਣੀ ਲਿਆ ਕੇ ਸਾਨੂੰ ਇਸ਼ਨਾਨ ਕਰਾਇਆ ਕਰ ਮਨਜ਼ੂਰ ਕਰ ਲਿਆ 6 ਮੀਲ ਜਾਣਾ ਔਰ 6 ਮੀਲ ਆਣਾ 12 ਮੀਲ ਰੋਜ਼ ਦਾ ਸਫ਼ਰ ਬਿਰਧ ਵਸਤਾ ਇਹ ਔਖਾ ਹੈ ਬੜਾ ਔਖਾ ਕੰਮ ਹੈ ਸੌਖਾ ਨਹੀਂ ਹੈ ਗੱਲਾਂ ਤੇ ਕਰਨੀਆਂ ਬੜੀਆਂ ਸੌਖੀਆਂ ਨੇ ਵੈਸੇ ਕੰਮ ਕਰਨਾ ਬੜਾ ਔਖਾ 6 ਮੀਲ ਰੋਜ ਦਾ ਜਾਣਾ ਔਰ ਆਉਣਾ 12 ਮੀਲ ਸਫ਼ਰ ਰੋਜ ਦਾ ਹੋਣਾ ਸਹੀ ਟਾਈਮ ਤੇ ਪਾਣੀ ਲਿਆ ਕੇ ਗੁਰੂ ਸਾਹਿਬ ਨੂੰ ਇਸ਼ਨਾਨ ਕਰਾਉਣਾ 12 ਸਾਲ ਗੁਜ਼ਰ ਗਏ 12 ਸਾਲ ਇੱਕ ਛੋਟੀ ਜਿਹੀ ਉਮਰ ਹੁੰਦੀ ਹੈ 12 ਸਾਲ ਦੇ ਬਾਅਦ ਜਦ ਅੰਦਰ ਸਫਾਈ ਹੋਈ ਹਜ਼ੂਰ ਕਈ ਵਾਰ ਫਰਮਾਂਦੇ ਹੁੰਦੇ ਜਦੋਂ ਰੰਗ ਰੇਜ ਕੱਪੜੇ ਨੂੰ ਸਾਫ਼ ਕਰ ਦਿੰਦਾ ਹੈ ਤੋਂ ਆਪਣੀ ਰੰਗ ਵਾਲੀ ਮੜਕੀ 'ਚ ਪਾਉਣ ਵਾਸਤੇ ਦੇਰ ਨਹੀਂ ਲਾਂਦਾ ਦੇਰ ਸਿਰਫ ਕੱਪੜੇ ਨੂੰ ਸਾਫ਼ ਕਰਨ ਵਾਸਤੇ ਲੱਗਦੀ ਹੈ ਰੰਗ ਵਾਲੀ ਮੜਕੀ ਦੇ ਵਿੱਚ ਪਾਉਣ ਵਾਸਤੇ देर ਨਹੀਂ ਲਾਉਂਦਾ ਫੌਰਨ ਉਸ ਮੜਗੀ ਵਿੱਚ ਪਾ ਕੇ ਰੰਗ ਚੜ੍ਹ ਦਿੰਦਾ ਹੈ ਇਸੇ ਤਰ੍ਹਾਂ ਸਾਡੇ ਵਿੱਚ ਸਿਰਫ ਸਫਾਈ ਕਰਨ ਵਾਸਤੇ ਸ਼ਾਨੋਂ ਦੇਰ ਲੱਗਦੀ ਹੈ ਉਸ ਚੀਜ਼ ਨੂੰ ਜੜ ਹੁੰਦਿਆਂ ਦੇਰ ਨਹੀਂ ਲੱਗਦੀ ਉਹ ਸਾਡੇ ਵਿੱਚ ਹੀ ਹੈ ਹਜ਼ੂਰ ਕਈ ਵਾਰ ਫਰਮਾਉਂਦੇ ਹੁੰਦੇ ਕਿਸੇ ਗੈਸ਼ ਦੇ ਉੱਤੇ 10 20 ਥੱਪੜ ਪਾ ਦਿੰਦੇ ਉਹਦੀ ਰੋਸ਼ਨੀ ਜਿਹੜੀ ਹੈ ਬੰਦ ਹੋ ਜਾਏਗੀ। ਤੁਹਾਨੂੰ ਇਹ ਮਲੂਮ ਹੋਏਗਾ ਕਿ ਇੱਥੇ ਰੋਸ਼ਨੀ ਨਹੀਂ ਹੈ। ਲੇਕਿਨ ਰੋਸ਼ਨੀ ਹੈ। ਜਦੋਂ ਤੁਸੀਂ ਇੱਕ ਇੱਕ ਕਰਕੇ ਤੱਪੜ ਚੁਕਣਾ ਸ਼ੁਰੂ ਕਰ ਦਿਓਗੇ। ਹੌਲੀ ਹੌਲੀ ਰੋਸ਼ਨੀ ਜਿਹੜੀ ਹੈ ਇੱਕ ਦੋ ਤੱਪੜ ਹੋਰੇਗਾ ਵੀ ਉੱਤੇ ਦੇ ਤਦ ਵੀ ਰੋਸ਼ਨੀ ਬਾਹਰ ਆ ਜਾਂਦੀ ਹੈ। ਔਰ ਜਦੋਂ ਤੁਸੀਂ ਸਾਰੇ ਚੁਕ ਦਿਓਗੇ ਪੂਰਨ ਰੋਸ਼ਨੀ ਜਿਹੜੀ ਬਾਹਰ ਆ ਜਾਏਗੀ ਇਸੇ ਤਰ੍ਹਾਂ ਸਾਡੇ ਅੰਦਰ ਉਹ ਸ਼ਬਦ ਅਸੀਂ ਕਿਤੇ ਬਾਹਰੋਂ ਨਹੀਂ ਲਿਆਉਣਾ ਨਾ ਬਾਹਰੋਂ ਕਿਤੇ ਆਉਣਾ ਹੈ ਸਿਰਫ ਉਹ ਸਾਡੇ ਬਦਲਾਂ ਦੇ ਕਰਮਾਂ ਦੇ ਬਦਲਾਂ ਦੇ ਦਬਾਅ ਦੇ ਥੱਲੇ ਆਇਆ ਔਰ ਕੋਈ ਗੱਲ ਨਹੀਂ ਆਏਗੀ ਅਸੀਂ ਜੋ ਮਿਹਨਤ ਕਰਨੀ ਹੈ ਅਸੀਂ ਇਸ ਵਾਸਤੇ ਮਿਹਨਤ ਕਰਨੀ ਹੈ ਕਿ ਸਾਡੇ ਕਰਮਾਂ ਦੇ ਬਦਲ ਜਿਹੜੇ ਹੈ ਇਹ ਸਾਫ਼ ਹੋਣੇ ਚਾਹੀਦੀ ਹੈ ਖਤਮ ਹੋਣੇ ਚਾਹੀਦੀ ਹੈ ਜਦ ਸਾਡੇ ਕਰਮ ਖਤਮ ਹੋ ਜਾਣਗੇ ਤੇ ਉਸ ਚੀਜ਼ ਨੂੰ ਬਾਹਰ ਆਉਂਦਿਆਂ देर ਨਹੀਂ ਲੱਗਦੀ ਫੇਰ ਕੋਈ ਦੇਰ ਨਹੀਂ ਲੱਗਦੀ ਮਹਾਰਾਜ ਤੀਸਰੀ ਪਾਰਸੀ ਜਦੋਂ 12 ਸਾਲ ਪਾਣੀ ਲਿਆ ਕੇ ਗੁਰੂ ਸਾਹਿਬ ਨੂੰ ਇਸ਼ਨਾਨ ਕਰਾਇਆ 12 ਸਾਲ ਗੁਜ਼ਰ ਗਏ 12 ਸਾਲ ਦੇ ਬਾਅਦ ਫੌਰਨ ਉਹ ਸ਼ਬਦ ਜਿਹੜਾ ਪ੍ਰਗਟ ਹੋ ਗਿਆ ਅੰਦਰ ਸ਼ਬਦੀ ਆਵਾਜ਼ ਆ ਜਾਣਾ ਸ਼ੁਰੂ ਹੋ ਗਈ। ਹਜ਼ਰਤ ਬਹੁਤ ਸਾਹਿਬ ਨੇ ਵੀ ਬਾਣੀ 'ਚ ਫਰਮਾਇਆ ਹੈ। ਉਸੇ ਸ਼ਬਦ ਨੂੰ ਉਹਨਾਂ ਨੇ ਈਸ਼ੂ ਕਰਕੇ ਫਰਮਾਇਆ। ਜਦੋਂ ਵੀ ਉਹ ਸ਼ਬਦ ਜਾਰ ਹੋ ਜਾਂਦਾ ਹੈ, ਜਦੋਂ ਵੀ ਉਹ ਸ਼ਬਦ ਅੰਦਰ ਆਉਣਾ ਸ਼ੁਰੂ ਹੋ ਜਾਂਦਾ ਹੈ, ਫੇਰ ਨਹੀਂ ਉਹ ਖਲੋਣ ਦਿੰਦਾ। ਫੇਰ ਨਹੀਂ ਉਹ ਖਲੋਣ ਦਿੰਦਾ। ਨਾ ਸੌਣ ਦਿੰਦਾ ਨਾ ਬਹਿਣ ਦਿੰਦਾ। ਨਾ ਉਹ ਕੋਈ ਹੋਰ ਕੰਮ ਕਰ ਦਿੰਦਾ ਉਹਨਾਂ ਆਪਣਾ ਕੰਮ ਜਾਰੀ ਰੱਖਣਾ ਹੀ ਰੱਖਣਾ ਹੈਗਾ ਹਜ਼ਰਤ ਬਹੁਤ ਸਾਹਿਬ ਨੇ ਬਾਣੀ ਜੀ ਫਰਮਾਇਆ ਈਸ਼ਿਕ ਨੇ ਸਾਨੂੰ ਲਿਸਿਆ ਜਾਂਤਾ ਬੈਠਾ ਅਣ ਮੁਹਾੜੀ ਹੋ ਨਾ ਸੋਵੇ ਨਾ ਸੌਣ ਦੇਵੇ ਜੇ ਮੈਂ ਬਾਲ ਰਿਆੜੀ ਉਹ ਸ਼ਬਦ ਜਦੋਂ ਸਾਡੇ ਅੰਦਰ ਪ੍ਰਗਟ ਹੋਏਗਾ ਇਰ ਨਹੀਂ ਅਸੀਂ ਅਸੀਂ ਜਿੰਨੀਆਂ ਮਰਜੀ ਅੱਖਾਂ ਮੀਟੀਏ ਜਿੰਨੇ ਮਰਜੀ ਕੰਨ ਬੰਦ ਕਰੀਏ ਉਹਨੇ ਨਹੀਂ ਸਾਨੂੰ ਖਲੋਣ ਦੇਣਾ ਉਹਨੇ ਆਪਣੀ ਟੱਲੀ ਟਣਕਾਉਂਦੇ ਹੀ ਰਹਿਣਾ ਹੈ ਨਾ ਸੋਵੇ ਨਾ ਸੌਣ ਦੇਵੇ ਜਿਵੇਂ ਬਾਲ ਰਿਹੜੀ ਛੋਟੇ ਬੱਚੇ ਦੀ ਮਿਸਾਲ ਦਿੱਤੀ ਹੈ ਛੋਟਾ ਬੱਚਾ ਜਦੋਂ ਕੋਈ ਰੋਂਦਾ ਹੈ ਤੇ ਉਹ ਫਿਰ ਚੁੱਪ ਨਹੀਂ ਕਰਦਾ ਭਾਵੇਂ ਲੱਖਾਂ ਰੁਪਏ ਉਸਨੂੰ ਦੇਓ ਉਹ ਸਿਆਣੇ ਬੰਦੇ ਕੀ ਕਹਿੰਦੇ ਕਿ ਇਸ ਨੇੜੇ ਆੜ ਫੜ ਲਈ ਹੈ ਇਹ ਹੁਣ ਆਪਣਾ ਦੌਰ ਪੂਰਾ ਕਰਕੇ ਹੀ ਚੁੱਪ ਕਰੇਗਾ ਇਸ ਵਾਸਤੇ ਉਹ ਸ਼ਬਦ ਸਾਡੇ ਅੰਦਰ ਹੈ ਮਹਾਰਾਜ ਤੀਸਰੀ ਪਾਰਸ਼ੇ ਗੁਰੂ ਅਮਰਦਾਸ ਜੀ ਨੇ 12 ਸਾਲ ਸੇਵਾ ਕੀਤੀ ਔਰ ਜਦ ਅੰਦਰ ਸਫਾਈ ਹੋਈ ਤੋ ਫੌਰਨ ਸ਼ਬਦ ਜਿਹੜਾ ਅੰਦਰ ਪ੍ਰਗਟ ਹੋ ਗਿਆ ਉਹ ਸ਼ਬਦ ਦੀ ਲਜਤ ਆਉਣਾ ਸ਼ੁਰੂ ਹੋ ਗਈ ਕਿਉਂਕਿ ਮੌਸਮ ਦਾ ਕੰਮ ਕੀਤਾ ਹੈ ਬੇਮੌਸਮੀ ਕੰਮ ਨਹੀਂ ਉਹਨਾਂ ਬਾਣੀ ਵਿੱਚ ਜੋ ਫਰਮਾਇਆ ਠੀਕ ਫਰਮਾਇਆ ਐਸ ਜੁਗ ਦਾ ਧਰਮ ਪੜੋ ਭਾਈ ਪੂਰੇ ਸਤਗੁਰ ਸੋਜੀ ਪਾਈ ਪੂਰੇ ਸਤਗੁਰ ਦਾ ਪਤਾ ਫੇਰ ਲੱਗਾ ਪਹਿਲਾਂ ਝੂਠੇ ਗੁਰੂਆਂ ਦੇ ਮਗਰ ਵੀ ਫਿਰਦੇ ਰਹੇ ਝੂਠੇ ਕੰਮ ਵੀ ਕਰਦੇ ਰਹੇ ਲੈਕਿਨ ਜਿਹੜੀ ਅਸਲੀ ਚੀਜ਼ ਸੀ ਉਹ ਨਹੀਂ ਆਈ ਜਦੋਂ ਅਸਲੀ ਚੀਜ਼ ਆਈ ਤੇ ਫਿਰ ਆਪ ਹੀ ਕਿਹਾ ਕਿ ਸਾਨੂੰ ਸੋਝੀ ਕਿਸ ਨੇ ਪਾਈਏ ਪੂਰੇ ਸਤਗੁਰ ਨੇ ਨੀ ਤਾਂ ਸਾਨੂੰ ਕੋਈ ਸੋਝੀ ਨਹੀਂ ਸੀ ਕੋਈ ਸਾਨੂੰ ਸਮਝ ਨਹੀਂ ਸੀ ਅਸੀਂ ਪ੍ਰਾਤਨ ਕਰਮ ਕਰਦੇ ਸੀ ਜਿਨ੍ਹਾਂ ਜੋਗਾ ਦੇ ਲੱਖਾਂ ਭਰੇ ਉਮਰਾਸਨ ਹਜ਼ਾਰਾਂ ਭਰੇ ਸਨ ਉਹ ਅਸੀਂ ਕੰਮ ਕਰਦੇ ਸੀ ਇਕਨ ਇਹ ਵੀ ਸਾਨੂੰ ਪੂਰੇ ਸਤਗੁਰ ਨੇ ਇਹ ਸੋਝੀ ਪਾਈ ਹੈ ਕਿ ਭਾਈ ਵਕਤ ਦਾ ਕੰਮ ਕਰੋ ਵਕਤ ਦਾ ਕੰਮ ਕਰੋ ਬੇਵਕਤੇ ਕੰਮ ਦਾ ਕੋਈ ਫਾਇਦਾ ਨਹੀਂ ਹਾਂਜੀ ਇਸ ਜੁਗ ਕਾ ਧਰਮ ਪੜੋ ਤゥム ਪਾਈ ਪੂਰੇ ਸਭ ੋ ਜੀ ਪਾਈ ਇੱਥੇ ਅੱਗੇ ਹਰ ਨਾਮ ਸਖਾਈ ਇੱਥੇ ਅੱਗੇ ਹਰ ਨਾਮ ਸਖਾਈ ਗੁਰੂ ਸਾਹਿਬ ਜੀ ਉਸ ਨਾਮ ਦੀ ਤਾਰੀਫ ਕਰ ਰਿਹਾ ਹੈ ਬੜੇ ਪਿਆਰ ਨਾਲ ਦੱਸ ਰਿਹਾ ਹੈ ਕਿ ਭਾਈ ਇਥੇ ਔਰ ਅੱਗੇ ਉਸ ਨਾਮ ਨੇ ਹੀ ਸਾਡੀ ਸਹਾਇਤਾ ਕਰਨੀ ਹੈ ਇਥੇ ਵੀ ਔਰ ਅੱਗੇ ਵੀ ਬਾਣੀ ਦੇ ਗੁਰੂ ਸਾਹਿਬ ਜੀ ਫਰਮਾਉਂਦੇ ਹੈ ਜੇ ਮਾਰ ਕੇ ਗਿਣੇ ਨਾ ਕੋਸਾ ਹਰ ਕਾ ਨਾਮ ਤੇਰੇ ਸੰਗ ਤੋਸਾ ਐ ਪੁਰਸ਼ ਜਿਸ ਮਾਰਗ ਤੋਂ ਤੁਰਨਾ ਹੈ ਉਹ ਬਹੁਤ ਲੰਬਾ ਮਾਰਗ ਹੈ ਉਹਦੇ ਕੋ ਨਹੀਂ ਗਿਣੇ ਜਾਂਦੇ ਤੂੰ ਕੀ ਖਾਏਗਾ ਜਿਹੜੀ ਤੇਰੀ ਖੁਰਾਕ ਤੂੰ ਇਹ ਇੱਥੇ ਇਕੱਠੀਆਂ ਕਰ ਰਿਆਂ ਇਹ ਖੁਰਾਕ ਇੱਥੇ ਰਹਿਣੀ ਹੈ ਇਹ ਖੁਰਾਕ ਤੇਰੇ ਨਾਲ ਨਹੀਂ ਜਾਣੀ ਤੂੰ ਉੱਥੇ ਕੀ ਖਾਏਗਾ ਤਾਂ ਗੁਰੂ ਸਾਹਿਬ ਜੀ ਫਰਮਾ ਰਹੇ ਹੈ ਕਿ ਜਿਹੜਾ ਤੂੰ ਨਾਮ ਜਪੇਗਾ ਈਸ਼ਵਰ ਦੀ ਭਗਤੀ ਕਰੇਗਾ ਉਹ ਤੇਰੀ ਖੁਰਾਕ ਬਣ ਜਾਏਗੀ ਉਹ ਤੇਰੀ ਖੁਰਾਕ ਬਣ ਜਾਏਗੀ ਦਰਸ਼ਨ ਕੀਤਿਆਂ ਜਿਨ੍ਹਾਂ ਦੀ ਭੁੱਖ ਲੱਥੀ ਉਹਨੂੰ ਇਹ ਭੁੱਖ ਨਹੀਂ ਰਹਿੰਦੀ ਫਿਰ ਉਹਦੀ ਭੁੱਖ ਜਿਹੜੀ ਹੁੰਦੀ ਹੈ ਭੁੱਖ ਬਦਲ ਜਾਂਦੀ ਹੈ ਸਾਡੀ ਹਰ ਇੱਕ ਚੀਜ਼ ਜਿਹੜੀ ਹੈ ਇਹ ਭਜਨ ਕਰਦਿਆਂ ਕਰਦਿਆਂ ਬਦਲ ਜਾਂਦੀ ਹੈ ਇਹ ਜਿਹੜੀ ਸਾਨੂੰ ਦੁਨੀਆ ਦੀ ਖੁਦ ਹੈ ਦੁਨੀਆ ਦੀ ਭੁੱਖ ਹੈ ਇਹ ਮੁੱਕ ਜਾਂਦੀ ਹੈ ਇਹ ਬਦਲ ਜਾਂਦੀ ਹੈ ਇਹ ਭੁੱਖ ਸਾਡੀ ਇਸ ਚੀਜ਼ ਨਾਲ ਬਾਹਰਲੇ ਅਨਦੇਵ ਨਾਲ ਹੀ ਜਾਂਦੀ ਹੈ ਜਿਹੜੀ ਅੰਦਰਲੀ ਭੁੱਖ ਹੈ ਉਹ ਆਪਣੇ ਮੁਰਸ਼ਿਦ ਦੇ ਦਰਸ਼ਨ ਨਾਲ ਦਰਸ਼ਨ ਕੀਤੇ ਜਾਂ ਜਨਾ ਦੀ ਭੁੱਖ ਲੱਥੀ ਬਿਨਾ ਖਾਦਿਆਂ ਪੀਦਿਆਂ ਰਜਿਆ ਹੈ ਬਗੈਰ ਖਾਣ ਪੀਣ ਦੇ ਉਹ ਖੁਦ ਹੀ ਰਾਜ ਜਾਂਦੇ ਐ ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਨਹੀਂ ਰਹਿੰਦੀ ਤੁਸੀਂ ਇਹ ਸਾਰੇ ਜਾਣਦੇ ਹੋ ਕਈ ਵਾਰ ਸਾਖੀ ਸੁਣਾਈ ਹੈ ਜਦੋਂ ਕ੍ਰਿਸ਼ਨ ਮਹਾਰਾਜ ਜੀ ਪਾਂਡਵਾਂ ਦਾ ਫੈਸਲਾ ਕਰਾਉਣ ਵਾਸਤੇ ਗਏ ਐ ਦਰਯੋਦਨ ਦੇ ਪਾਸ ਦਰਯੋਦਨ ਨੂੰ ਕਿਹਾ ਕਿ ਪੰਜ ਪਿੰਡ ਦੇ ਦੇ ਇਹ ਪੰਜੇ ਭਰਾ ਗੁਜ਼ਾਰਾ ਕਰ ਲੈਣਗੇ ਦਰਯੋਦਨ ਮਾਣ ਵਿੱਚ ਆ ਗਿਆ ਕਿ ਅਸੀਂ ਇਸ ਵਕਤ ਰਾਜੇ ਹਾਂ ਪਾਤਸ਼ਾਹ ਹਾਂ ਸਾਰੀ ਸੈਨਾ ਸਾਡੇ ਪਾਸ ਹੈ ਮਾਇਆ ਸਾਡੇ ਪਾਸ ਹੈ ਦੁਨੀਆ ਸਾਡੀ ਹੈ ਇਹ ਸਾਨੂੰ ਪੰਜ ਕੀ ਕਰ ਸਕਦੇ ਹੈ ਪਰ ਬਾਣੀ ਦੇ ਫਰਮਾਉਂਦੇ ਹੈ ਗੁਰੂ ਸਾਹਿਬ ਜੀ ਤੇਰਾ ਮਾਣ ਖੁਦਾ ਨੂੰ ਨਾ ਭਾਵੇ ਬੰਦਿਆ ਤੂੰ ਮਾਣ ਨਾ ਕਰੇ ਕੀ ਜਵਾਬ ਦਿੱਤਾ ਕ੍ਰਿਸ਼ਨ ਮਹਾਰਾਜ ਨੂੰ ਕਿ ਸਾਡੇ ਨਾਲ ਜੰਗ ਕਰਨ ਤੇ ਜੰਗ ਕਰਕੇ ਲੈ ਲੈਣ ਕਈ ਵਾਰ ਅੱਗੇ ਵੀ ਸੋਚਿਆ ਕਿ ਦੇਖੋ ਅਸੀਂ ਜਿਹਨਾਂ ਜਵਾਨਿਆਂ ਨੂੰ ਕਹਿੰਨੇ ਆ ਕਿ ਬੜੇ ਧਰਮੀ ਜਵਾਨੇ ਤੇ ਬੜੇ ਅਨਸਾਫ਼ ਸਨ ਅੱਜ ਜਦੋਂ ਉਹਨਾਂ ਦੇ ਇਤਿਹਾਸ ਪੜੇ ਜਾਣ ਤੇ ਪਤਾ ਲੱਗਦਾ ਹੈ ਕਿ ਕਿਤਨਾ ਕਿ ਅਨਸਾਫ਼ ਸੀ ਕਿਤਨੀ ਕਿ ਇਮਾਨਦਾਰੀ ਸੀ ਜਿਹੜੇ ਇੱਕ ਆਪਣੇ ਭਰਾ ਨੂੰ ਨਹੀਂ ਹੀ ਦਿੰਦੇ ਕੁਝ ਵੀ ਉਹ ਦੂਸਰਿਆਂ ਲੋਕਾਂ ਦਾ ਕੀ ਹਾਲ ਸੀ ਜਦੋਂ ਭਰਾਵਾਂ ਨੂੰ ਆਪਣੇ ਸਕੇ ਭਰਾਵਾਂ ਨੂੰ ਨਹੀਂ ਦਿੱਤਾ ਕੁਝ ਵੀ ਤੇ ਦੂਸਰਿਆਂ ਦਾ ਕੀ ਹਾਲ ਸੀ ਕਿਤਨੀ ਕਿ ਮਾਨਦਾਰੀ 라ਵਣ ਕਿਉਂ ਮਰਿਆ ਭਰਾ ਨੇ ਕਿਉਂ ਦਿੱਤਾ ਭੇਦ ਕੱਚੇ ਮਕਾਨਾਂ 'ਚ ਭਰਾ ਰਹਿੰਦਾ ਸੀ 라ਵਣ ਸੋਨੇ ਦੇ ਮਕਾਨਾਂ 'ਚ ਰਹਿੰਦਾ ਸੀ ਰਾਵਣ ਸੋਨੇ ਦੇ ਮਕਾਨਾਂ ਵਿੱਚ ਰਹਿੰਦਾ ਸੀ ਮਹੱਲਾ ਵਿੱਚ ਤੇ ਉਹ ਕੱਚੇ ਕੁਠੀ ਵਿੱਚ ਕੱਚੇ ਮਕਾਨ 'ਚ ਰਹਿੰਦਾ ਸੀ ਇਹ ਇਨਸਾਫ ਸੀ ਇਹਨਾਂ ਦਾ ਇਹਨਾਂ ਜੋਗਾ ਦੇ ਵਿੱਚ ਜਦੋਂ ਕ੍ਰਿਸ਼ਨ ਮਹਾਰਾਜ ਜੀ ਉੱਠ ਕੇ ਆਉਣ ਲੱਗੇ ਤੇ ਕਹਿਣ ਲੱਗੇ ਕਿ ਤੁਸੀਂ ਅੱਜ ਸਾਡੇ ਪਾਸ ਰਵੋ ਉਹਨਾਂ ਕਿਹਾ ਕਿ ਕਿਸੇ ਦੇ ਪਾਸ ਰਹਿਣ ਦੇ ਇੱਕ ਦੋ ਮਸਲਾ ਹੁੰਦਾ ਹੈ ਜਾਂ ਗੁਰੂ ਸਿੱਖ ਦਾ ਨਾਤਾ ਹੋਵੇ ਜਾਂ ਕੋਈ ਆਪਣੀ ਹੋਰ ਸਰਬੰਧ ਹੋਵੇ ਕੋਈ ਰਿਸ਼ਤੇਦਾਰੀ ਦਾ ਜਾਂ ਹੋਰ ਕੋਈ ਯਾਰ ਦੋਸਤੀ ਦਾ سلسلہ ਹੋਵੇ ਤੇ ਤੁਹਾਡਾ ਤੇ ਮੇਰੇ ਨਾਲ ਕੋਈ ਰਿਸ਼ਤਾ ਹੀ ਨਹੀਂ ਰਿਹਾ ਜਦੋਂ ਤੁਸੀਂ ਮੇਰੀ ਗੱਲ ਮੰਨੀ ਨਹੀਂ ਤੇ ਮੇਰਾ ਤੁਹਾਡੇ ਨਾਲ ਕੀ ਨਾਤਾ ਹੈ ਰਾਹ ਰਹਿਣ ਦਾ ਮਸਲਾ ਤਾਂ ਕੋਈ ਨਹੀਂ ਬੇਦਰ ਦੇ ਘਰ ਚਲਾਗੇ ਬੇਦਰ ਦੇ ਘਰ ਚਲਾ ਗਏ ਬੇਦਰ ਅੱਗੇ ਘਰ ਨਹੀਂ ਸੀ ਜਾ ਕੇ ਦਰਵਾਜ਼ਾ ਟਣਕਾਇਆ ਅੰਦਰੋਂ ਬੇਦਰ ਦੀ ਔਰਤ ਜਿੱਦੇ ਆਈ ਉਸ ਨੇ ਦਰਸ਼ਨ ਕੀਤਾ ਦਰਸ਼ਨ ਕਰਦਿਆਂ ਹੀ ਉਹਦੀ ਹੋਸ਼ ਜਿਹੜੀ ਦੁਨੀਆ ਦੀ ਹੋਸ਼ ਭੁੱਲ ਗਈ ਹੋਸ਼ ਹੀ ਨਹੀਂ ਦੁਨੀਆ ਦੀ ਰਹੀ ਇਨੀ ਮਸਤੀ ਆ ਗਈ ਇਹਨਾਂ ਅੰਦਰ ਪਿਆਰ ਆ ਗਿਆ ਕ੍ਰਿਸ਼ਨ ਮਹਾਰਾਜ ਨੂੰ ਕੇਲੇ ਅਗੇ ਰੱਖੇ ਖਾਣ ਵਾਸਤੇ ਛਿਲੜ ਛਲਛਲ ਕੇ ਕ੍ਰਿਸ਼ਨ ਮਹਾਰਾਜ ਨੂੰ ਦੇਈ ਜਾਵੇ ਤੇ ਗੱਬੇ ਆਪ ਖਾਈ ਜਾਵੇ ਜਦੋਂ ਬੇਦਰ ਜੀ ਆਏ ਤੇ ਉਹਨਾਂ ਕਿਹਾ ਭੋਲੀਏ ਤੂੰ ਕੀ ਕਰ ਰਹੀ ਹੈ ਗੱਬੇ ਆਪ ਖਾ ਰਹੀ ਹੈ ਛਿਲੜ ਕ੍ਰਿਸ਼ਨ ਮਹਾਰਾਜ ਨੂੰ ਦੇ ਰਹੀ ਹੈ ਤਹੋਸ਼ ਆ ਗਈ ਉਹ ਜਿਹੜੀ ਮਸਤੀ ਸੀ ਉਹ ਨਹੀਂ ਰਹੀ ਫਿਰ ਗੱਬੇ ਲਗੀ ਦੇਣ ਕ੍ਰਿਸ਼ਨ ਮਾਰੇ ਨੇ ਕਿਹਾ ਕਿ ਉਹ ਸਵਾਦ ਨਹੀਂ ਰਿਹਾ ਹੁਣ ਜਿਹੜਾ ਪਹਿਲਾ ਸਵਾਦ ਸੀ ਉਹ ਸਵਾਦ ਸੀ ਪਿਆਰ ਦਾ ਇਹ ਸਵਾਦ ਹੁਣ ਦੁਨੀਆ ਦਾ ਆ ਗਿਆ ਬੀਸ਼ਾ ਕੋ ਛਿਲੜ ਸਣ ਝੂਠੇ ਬੇਰ ਪੀ ਲੈਣੀ ਦੇ ਖਾਦੇ ਉਹ ਪਿਆਰ ਦੇ ਹੀ ਤੇ ਰਿਸ਼ੀਆ ਮੁਣੀਆਂ ਦੇ ਪਕਵਾਨ ਪੱਕੇ ਰਹਿ ਗਏ ਤੇ ਝੂਠੇ ਬੇਰਾਂ ਚ ਸਵਾਦ ਆਇਆ ਉਹ ਜਿਹੜਾ ਪਿਆਰ ਹੈ ਉਹ ਪੁਖ ਹੋਰ ਹੈ ਇਹ ਦੁਨੀਆ ਦੀ ਪੁਖ ਜਿਹੜੀ ਹੋਰ ਹੈ ਦੁਨੀਆ ਦੀ ਪੁਖ ਸਾੜੀ ਕਦੀ ਵੀ ਨਹੀਂ ਚੁੱਕ ਸਕਦੀ ਚਾਹੇ ਰਾਜਾ ਵੀ ਹੋ ਜਾਏਗਾ ਕੋਈ ਅਰਮਾਪਤੀ ਸ਼ਾਹ ਵੀ ਕਾਰ ਵੀ ਬਣ ਜਾਏਗਾ ਤੁਸੀਂ ਦੇਖੋ ਕੋਈ ਪੁਖ ਚੁੱਕਦੀ ਹੈ ਕਿਸੇ ਦੀ ਐ ਕਿਸੇ ਨੂੰ ਸੰਦੋਖ ਕਿ ਅਸੀਂ ਆਪਣੀ ਜਗ੍ਹਾ ਤੇ ਰਹੀਏ ਨਾ ਸੀ ਹਜ਼ਾਰਾਂ ਦੇ ਕਤਲ ਕਰੀਏ ਨਾ ਹਜ਼ਾਰਾਂ ਬੱਚੇ ਜਦੋਂ جنگ ਲੱਗਦੀ ਹੈ ਹਜ਼ਾਰਾਂ ਕਰੋੜਾਂ ਔਰਤਾਂ ਬੇਵਾਹ ਹੋ ਜਾਂਦੀਆਂ ਬੱਚੇ ਯਤੀਮ ਹੋ ਜਾਂਦੇ ਕਈ ਜੀਵ ਮਾਰੇ ਜਾਂਦੇ ਹੈ ਕੀ ਹੈ ਕਿ ਉਹ ਸੋਝੀ ਇਸ ਚੀਜ਼ ਦੀ ਕਿਸ ਚੀਜ਼ ਪਿੱਛੇ ਆਸੀ ਸੰਦੋਖ ਨਹੀਂ ਸਾਨੂੰ ਆਪਣੀ ਜਗ੍ਹਾ ਤੇ ਸੰਦੋਖ ਨਹੀਂ ਇਹ ਮਨ ਰਜਦਾ ਨਹੀਂ ਉਹ ਚੀਜ਼ ਜਿਹੜੀ ਹੈ ਉਹ ਅੰਦਰ ਜਿਹੜੀ ਹੈ ਜਿਹੜਾ ਪਿਆਰ ਹੈ ਉਹਦੇ ਨਾਲ ਬੰਦਾ ਰਜਦਾ ਹੈ ਦਰਸ਼ਨ ਕੀਤਿਆਂ ਜਿਨ੍ਹਾਂ ਦੀ ਭੁੱਖ ਲਥੀ ਬਿਨਾ ਖਾਧਿਆਂ ਪੀਤਿਆਂ ਰਜਿਆ ਜਦੋਂ ਉਹ ਦਰਸ਼ਨ ਕਰਦੇ ਆ ਉਹਨਾਂ ਦੀ ਜਿਹੜੀ ਅੰਦਰਲੀ ਭੁੱਖ ਹੁੰਦੀ ਆਤਮਾ ਦੀ ਉਹ ਖੁਸ਼ੀ ਹੋ ਜਾਂਦੀ ਹੈ ਅੰਦਰ ਬੇਅਸਾਬ ਖੁਸ਼ੀ ਆ ਜਾਂਦੀ ਹੈ ਉਹਨੂੰ ਕਿਸੇ ਚੀਜ਼ ਦੀ ਭੁੱਖ ਨਹੀਂ ਰਹਿੰਦੀ ਜੇ ਮਾਰਕ ਕੇ ਗਿਣੇ ਨਾ ਕੋਸਾ ਹਰ ਕਾ ਨਾਮ ਤੇਰੇ ਸੰਗਤੋ ਸ ਇਹ ਸਮਾਰਗ ਦੇ ਕੋ ਨਹੀਂ ਗਿਨੇ ਜਾਂਦੇ ਜਦੋਂ ਤੂੰ ਅੰਦਰ ਜਾਏਗਾ ਉਹ ਤੇਰਾ ਨਾਮ ਜਿਹੜਾ ਤੂੰ ਨਾਮ ਜਪਣਾ ਏ ਤੇਰੇ ਅੰਦਰ ਜਿਹੜੀ ਉਹ ਤਾਕਤ ਉਹੀ ਤੇਰੀ ਖੁਰਾਕ ਬਣ ਜਾਏਗੀ ਇਸ ਵਾਸਤੇ ਗੁਰੂ ਸਾਹਿਬ ਜੀ ਬਾਣੀ ਦੇ ਵਿੱਚ ਜੋ ਗਿ ਫਰਮਾ ਰਹੇ ਆ ਕਿ ਪੂਰੇ ਸਤਗੁਰ ਨੇ ਸਾਨੂੰ ਸੋਝੀ ਪਾਈ ਸਾਨੂੰ ਨਹੀਂ ਸੀ ਪਤਾ ਅਸੀਂ ਕੀ ਕੰਮ ਕਰ ਰਹੇ ਆ ਜਾਂ ਸਾਨੂੰ ਕੀ ਇਹਦੇ ਚੋਂ ਫਾਇਦਾ ਹੋਣਾ ਹੈ ਪਰ ਪੂਰੇ ਸਤਗੁਰ ਨੇ ਸਾਨੂੰ ਸੋਝੀ ਪਾਈ ਹੈ ਕਿ ਭਾਈ ਬੱਕਰ ਦਾ ਕੰਮ ਕਰੋ ਬੇਵਕਤਾ ਕੰਮ ਨਾ ਕਰੋ ਹਾਂਜੀ ਇੱਥੇ ਅੱਗੇ ਹਰ ਨਾਮ ਸਖਾਈ ਰਾਮ ਪੜੋ ਮਨ ਕਰੋ ਵਿਚਾਰ ਬਰਸਾਦੀ ਮੈਲ ਉਤਾਰ ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਆਰਾਮ ਪੜੋ ਮਨ ਕਰੋ ਵਿਚਾਰ ਸੰਤ ਸਾਨੂੰ ਇਹ ਨਹੀਂ ਕਹਿੰਦੇ ਤੁਸੀਂ ਜੰਗਲਾਂ 'ਚ ਜਾਓ ਤੁਸੀਂ ਕਿਤੇ ਪਹਾੜਾਂ ਤੇ ਜਾਓ ਕਿਸੇ ਦਰਿਆਵਾਂ 'ਚ ਜਾਓ ਕਹਿੰਦੇ ਨਹੀਂ ਤੁਸੀਂ ਇੱਥੇ ਹੀ ਰਵੋ ਘਰ ਵਿੱਚ ਰਵੋ ਐਸੀ ਦੁਨੀਆ ਦੇ ਵਿੱਚ ਤੁਸੀਂ ਰਾਮ ਰਾਮ ਵੀ ਕਹੋ ਤੇ ਨਾਲ-ਨਾਲ ਥੋੜੀ ਇਹ ਵੀ ਟਰਾਈ ਕਰੋ ਵਿਚਾਰ ਵੀ ਕਰੋ ਕਿ ਕਿਆ ਕੁਝ ਆਰਾਮ ਆਇਆ ਕੋਈ ਸਾਡੇ ਵਿੱਚੋਂ ਘਟਿਆ ਹੈ ਅਸੀਂ ਰਾਮ ਕਿਸ ਵਾਸਤੇ ਕਰਨਾ ਹੈ ਕਿਉਂ ਰਾਮ ਦਾ ਨਾਮ ਜਪਣਾ ਹੈ ਕਿ ਸਾਡੀਆਂ ਜਿਹੜੀਆਂ ਆਦਤਾਂ ਨੇ ਸਾਡੇ ਵਿੱਚ ਜਿਹੜੀਆਂ ਗਲਤੀਆਂ ਨੇ ਕਿਆ ਕੁਛ ਘਟੀਆਂ ਕਿ ਜਿੰਨੇ ਹੀ ਘਟੀਆਂ ਸਾਡੇ ਕਿਸੇ ਮੋਜ ਫਰਕ ਪਿਆ ਲੋਹ ਚ ਫਰਕ ਪਿਆ ਕਰੋਧ ਵਿੱਚ ਫਰਕ ਪਿਆ ਜਾਂ ਹੋਰ ਸਾਡੇ ਜਿਹੜੀਆਂ ਕੋਈ ਗਲਤੀਆਂ ਨੇ ਕੀਤੀ ਉਹਦੇ ਚ ਕੋਈ ਫਰਕ ਪਿਆ ਨਾਲ ਨਾਲ ਇਹ ਅਸੀਂ ਇਹਦੀ ਟਰਾਈ ਕਰਨੀ ਨਾਲ ਅਸੀਂ ਰਾਮ ਵੀ ਭਜਨ ਵੀ ਕਰਨਾ ਹੈ ਰਾਮ ਰਾਮ ਵੀ ਕਹਿਣਾ ਹੈ ਤੇ ਨਾਲ ਨਾਲ ਇਹ ਵੀ ਸੋਚੀ ਜਾਣਾ ਕਿ ਕਿਆ ਕੋਈ ਫਰਕ ਪਿਆ ਕਿ ਨਹੀਂ ਇਹ ਨਹੀਂ ਪਿਆ ਫਰਕ ਤੇ ਫੇਰ ਆਪਾਂ ਜੋਰ ਸ਼ੋਰ ਨਾਲ ਉਹ ਕੰਮ ਕਰਨਾ ਹੈਗਾ ਫਰਕ ਪਵੇ ਇੱਥੇ ਹੀ ਅਸੀਂ ਉਹਦੀ ਟਰਾਈ ਕਰਨੀ ਹੈ ਅਸੀਂ ਜੰਗਲਾਂ 'ਚ ਨਹੀਂ ਜਾਣਾ ਕਿਸੇ ਪਹਾੜਾਂ 'ਤੇ ਨਹੀਂ ਜਾਣਾ ਔਰ ਕਿਸੇ ਜਗ੍ਹਾ ਜਾ ਕੇ ਟਰਾਈ ਨਹੀਂ ਇੱਥੇ ਹੀ ਟਰਾਈ ਹੋਣੀ ਸਾਡੀ ਇਸੇ ਦੁਨੀਆ ਦੇ ਵਿੱਚ ਕਬੀਰ ਸਾਹਿਬ ਜੀ ਮਹਾਰਾਜ ਕਿਉਂਕਿ ਫਕੀਰਾਂ ਨੇ ਆਪਣੇ ਆਪ ਦੀਆਂ ਟਰਾਈਆਂ ਕੀਤੀਆਂ ਕਬੀਰ ਸਾਹਿਬ ਜੀ ਮਹਾਰਾਜ ਫਰਮਾਉਂਦੀ ਹੈ ਜੇ ਕੋਈ ਛੁੱਟੇ ਗੁੱਧੜ ਕੋੜਾ ਬਾਗ ਅਰੂੜੀ ਸਹੀਏ ਐ ਕਬੀਰ ਗੁੱਧੜ ਕੋੜਾ ਕਿਹੜਾ ਛੁੱਟ ਰੇ ਲੋਕੀ ਜੋ ਲੋਕੀ ਲਾਮੇ ਤਾਨੇ ਦਿੰਦੇ ਐ ਮੀਨੇ ਮਾਰਦੇ ਐ ਨਿੰਦਿਆ ਕਰਦੇ ਐ ਕਈ ਤਰ੍ਹਾਂ ਦੀਆਂ ਗੱਲਾਂ ਚੋਰ ਠੱਗ ਕਈ ਕੁਛ ਕਹਿਣਾ ਹੈ ਜਿਹੜਾ ਅੱਗੇ ਤੁਰਦਾ ਐ ਬੰਦਾ ਤੂੰ ਰੂੜੀ ਦੀ ਤਰ੍ਹਾਂ ਸਹੀਜਾ ਰੂੜੀ ਦੇ ਉੱਤੇ ਅਸੀਂ ਜੋ ਵੀ ਘਰ ਦਾ ਗੰਦਾ ਸਮਾਨ ਹੁੰਦਾ ਉਹ ਆ ਜਾ ਕੇ ਰੂੜੀ ਤੇ ਸੁੱਟਦੇ ਹਾਂ ਹੋਂ ਜਹਾਜ ਕੇ ਅੰਦਰੋਂ ਅਸੀਂ ਬਾਹਰੋਂ ਸਭ ਰੂੜੀ ਤੇ ਸੁੱਟਦੇ ਹਾਂ ਲੇਕਿਨ ਇੱਕ ਦਿਨ ਰੂੜੀ ਦਾ ਵੀ ਆ ਜਾਂਦਾ ਇੱਕ ਦਿਨ ਉਹ ਹੀ ਰੂੜੀ ਜਿਹੜੀ ਹੈ ਉਹਦੇ ਵਿੱਚ ਜਿਹੜਾ ਤੱਤ ਪੈਦਾ ਹੁੰਦਾ ਹੈ ਉਹਦੇ ਵਿੱਚ ਜਿਹੜੀ ਸਟੀਮ ਪੈਦਾ ਹੋ ਜਾਂਦੀ ਹੈ ਉਹ ਕਿਸੇ ਹੋਰ ਚੀਜ਼ ਵਿੱਚ ਨਹੀਂ ਹੈ ਹਜ਼ੂਰ ਕਈ ਵਾਰ ਫਰਮਾਉਂਦੇ ਹਾਂ ਦੇਖੇ ਤੁਸੀਂ ਕਿਉਂ ਉਹ ਦੇ ਕਣਸਰ ਕੋਈ ਮੀਰ ਆਦਮੀ ਹੋਏਗਾ ਉਹ ਆਪਣੇ ਖੇਤ ਦੇ ਵਿੱਚ ਕਿਉਂ ਆ ਦੇ ਕਣਸਰ ਜਾ ਕੇ ਰੋੜ ਦੇਵੇ ਇੱਕ ਪਾਸੇ ਰੂੜੀ ਪਈ ਹੋਵੇਗੀ ਤੁਸੀਂ ਦੇਖਿਓ ਕਿ ਰੂੜੀ ਦੇ ਵਿੱਚ ਤਾਕਤ ਜ਼ਿਆਦਾ ਹੈ ਕਿ ਘੋਜ ਜ਼ਿਆਦਾ ਹੈ ਜਿਸ ਖੇਤ ਵਿੱਚ ਰੂੜੀ ਪਈ ਹੋएगी ਉਹ ਆਪਣੇ ਆਪ ਦੱਸੇਗੀ ਉਹ ਫਸਲ ਆਪਣੇ ਆਪ ਹੀ ਦੱਸਦਾ ਕਿ ਮੈਂ ਇੱਥੇ ਇੱਥੇ ਰੂੜੀ ਪਈ ਹੈਗੀ ਜਿਹੜਾ ਉਹ ਤਤ ਰੂੜੀ ਵਿੱਚ ਬਣਦਾ ਹੈ ਉਹ ਘਿਓ ਵਿੱਚ ਨਹੀਂ ਇਸੇ ਤਰ੍ਹਾਂ ਉਹ ਜਿਹੜਾ ਤਤ ਜਿਹੜਾ ਫਕੀਰਾਂ ਵਿੱਚ ਬਣ ਜਾਂਦਾ ਹੈ ਜਿਹੜੀ ਸਬਰ ਸੰਦੋਖ ਦੀ ਝੋਲੀ ਹੁਣਰ ਅੱਡੇ ਹੁੰਦੀ ਹੈ ਰੱਖੀ ਹੁੰਦੀ ਹੈ ਉਹਦੇ ਵਿੱਚ ਪਾਈ ਜਾਂਦੇ ਆ ਸਭ ਕੁਝ ਪਾਈ ਜਾਂਦੇ ਆ ਪਾਈ ਜਾਂਦੇ ਆ ਚੋਰ ਕਹੋ ਤਦ ਵੀ ਠੀਕ ਹੈ ਸਾਧਕ ਕਹੋ ਤਦ ਵੀ ਠੀਕ ਹੈ ਜੋ ਮਰਜੀ ਤੁਸੀਂ ਕਹੀ ਜਾਓ ਉਸ ਝੋਲੀ ਵਿੱਚ ਪਾਈ ਜਾਂਦੇ ਆ ਇੱਕ ਦਿਨ ਰੂੜੀ ਦੀ ਤਰ੍ਹਾਂ ਫਿਰ ਉਹਦਾ ਤੱਤ ਪੈਦਾ ਐਸਾ ਹੋ ਜਾਂਦਾ ਹੈ ਕਿ ਹਜ਼ਾਰਾਂ ਕਰੋੜਾਂ ਜੀਵਾਂ ਨੂੰ ਉਹਦਾ ਫਾਇਦਾ ਮਿਲਦਾ ਹੈ। ਲੱਖਾਂ ਜੀਵਾਂ ਨੂੰ ਫਾਇਦਾ ਮਿਲ ਜਾਂਦਾ ਉਸ ਦਾ। ਇਤਨਾ ਉਹਦੇ ਵਿੱਚੋਂ ਤੱਤ ਪੈਦਾ ਹੋ ਜਾਂਦਾ ਹੈ ਤਾਕਤ ਆ ਜਾਂਦੀ ਹੈ। ਇਸ ਵਾਸਤੇ ਗੁਰੂ ਸਾਹਿਬ ਜੀ ਬਾਣੀ ਜੀ ਜੋ ਫਰਮਾਰੇ ਠੀਕ ਫਰਮਾਰੇ ਹੈ ਕਿ ਸਿਰਫ ਰਾਮ ਰਾਮ ਨਹੀਂ ਕਹਿਣਾ ਨਾਲ-ਨਾਲ ਆਸੀ ਟਰਾਈ ਵੀ ਕਰਨੀ ਹੈ ਦੇਖਣਾ ਵੀ ਹੈ। ਕੀ ਸਾਡੇ ਵਿੱਚ ਰਾਮ ਆਇਆ ਕੋਈ ਫਰਕ ਪਿਆ ਹੈ ਕਿਸੇ ਚੀਜ਼ ਦਾ ਫਰਕ ਪਿਆ ਜਾਂ ਨਹੀਂ ਪਿਆ ਜਿਹੜੀਆਂ ਸਾਡੇ ਵਿੱਚ ਅੱਗੇ ਚੀਜ਼ਾਂ ਹੈਗੀਆਂ ਉਹਨਾਂ ਵਿੱਚ ਕੋਈ ਨਰਵਾਈ ਆਈ ਹੈ ਕੋਈ ਸ਼ਾਂਤੀ ਆਈ ਹੈ ਕੋਈ ਉਹਦੇ ਚ ਪਿਆਰ ਆਇਆ ਜਾਂ ਨਹੀਂ ਆਇਆ ਇਹ ਅਸੀਂ ਇੱਥੇ ਹੀ ਟਰਾਈ ਕਰਨੀ ਰਾਮ ਪੜੋ ਮਨ ਕਰੋ ਵਿਚਾਰ ਨਾਲ ਨਾਲ ਵਿਚਾਰ ਕਰਨੀ ਹੈ ਹਾਂਜੀ ਰਾਮ ਪੜੋ ਮਨ ਕਰੋ ਵਿਚਾਰ ਗੁਰ ਪਰ ਸਾਦੀ ਮੈ ਲਿਓ ਤਾਰ ਵਾਦ ਵਿਰੋਧ ਨਾ ਪਾਇਆ ਮਨ ਤਨ ਫੀਕਾ ਦੂਜੇ ਪਾਰੇ குரு ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਕਿ ਬੈਸ ਮੁਹਾਸਿਆਂ ਦੇ ਨਾਲ ਅਸੀਂ ਉਸ ਪਰਮਾਤਮਾ ਨੂੰ ਨਹੀਂ ਪਾ ਸਕਦੇ ਨਾ ਬੈਸ ਮੁਹਾਸਿਆਂ ਦੇ ਵਿੱਚ ਉਹ ਮਾਲਕ ਖੁਸ਼ ਹੁੰਦਾ ਹੈ ਜਿਸ ਨੇ ਵੀ ਪਾਇਆ ਹੈ ਭਾਈ ਉਸ ਨੇ ਨਰਮਾਈ ਨਾਲ ਧੀਰਜ ਨਾਲ ਬਬੇਕ ਨਾਲ ਅੰਦਰ ਦਿਆ ਪੈਦਾ ਕੀਤੀ ਜੋ ਵੀ ਕਿਸੇ ਨੇ ਕਿਹਾ ਠੀਕ ਹੈ ਜੀ ਜੇ ਤੂੰ ਬੜਾ ਹੈ ਤੇ ਠੀਕ ਤੂੰ ਬੜਾ ਹੀ ਰਹੋ ਅਸੀਂ ਤੇਰਨ ਕਿਹੜਾ ਛੋਟਾ ਬਣਾਉਂਦੇ ਆ ਪਰ ਬਾਣੀ 'ਚ ਲਿਖਿਆ ਕੌਣ ਬੜਾ ਮਾਇਆ ਪੜਿਆਈ ਸੋ ਬੜਾ ਜਿਸ ਹਰ ਲੇਵ ਲਈ ਬਾਣੀ ਨਹੀਂ ਮੰਦੀ ਕਹਿੰਦੀ ਨਹੀਂ ਹਰਮਾਪਤੀ ਬੜਾ ਨਹੀਂ ਹੋ ਸਕਦਾ ਉਹ ਬੜਾ ਜਿਸ ਨੇ ਪਰਮਾਤਮਾ ਨਾਲ ਲੇਵ ਲਈ ਈਸ਼ਵਰ ਦੀ ਭਗਤੀ ਕਰਦਾ ਜਿਹੜਾ ਉਹ ਬੜਾ ਹੈ ਚਾਹ ਹਿੰਦੂ ਮੁਸਲਮਾਨ ਗਰੀ ਮੀਰ ਈਸ਼ਰੀ ਪੁਰਸ਼ ਕੋਈ ਵੀ ਹੈ ਉਸ ਨੇ ਪਰਮਾਤਮਾ ਨੇ ਉਸ ਨੂੰ ਉਹਦੀ ਮਿਹਨਤ ਦੇਣੀ ਦੇਣੀ ਹੈਗੀ ਹਾਂਜੀ ਵਾਹ ਤੇ ਵਿਰੋਧ ਨਾ ਪਾਇਆ ਜਾਏ ਮਨ ਤਨ ਫੀਕਾ ਦੂਜੇ ਪਾਏ ਗੁਰ ਕੈ ਸ਼ਬਦ ਸੱਚੇ ਲੇਵਲਾਏ ਗੁਰ ਕੈ ਸ਼ਬਦ ਸੱਚੇ ਲੇਵਲਾਏ ਗੁਰੂ ਸਾਹਿਬ ਜੀ ਜੋ ਬਾਣੀ ਚ ਫਰਮਾਰੇ ਠੀਕ ਫਰਮਾ ਰਹੇ ਸਿੰਤਾਂ ਨੇ ਜੋ ਵੀ ਬਾਣੀ ਚ ਦੱਸਿਆ ਜਾਂ ਸਿੱਖ ਨੂੰ ਹਦਾਇਤ ਦਿੱਤੀ ਹੈ ਜਾਂ ਸਮਝਾਇਆ ਉਹਦੇ ਦੇ ਚੱਲਣ ਦੀ ਕੋਸ਼ਿਸ਼ ਕਰਦੇ। ਉਹਦੀ ਮਿਹਨਤ ਕਰਦੇ ਐ। ਜਦੋਂ ਮਹਾਪੁਰਖ ਆਪਣੇ ਸਿੱਖ ਨੂੰ ਕੋਈ ਸਿੱਖਿਆ ਦਿੰਦੇ ਐ, ਨਾਮ ਬਖਸ਼ਦੇ ਐ, ਉਹਦੀ ਉਹ ਮਿਹਨਤ ਕਰਦੇ ਐ। ਉਹ ਬਾਤ ਨਹੀਂ ਕਰਦੇ। ਉਹ ਬਹਿਸ-ਮੁਹਾਸੇ ਨਹੀਂ ਕਰਦੇ। ਉਹ ਮਿਹਨਤ ਕਰਦੇ ਐ। ਮਿਹਨਤ ਦੇ ਨਾਲ ਉਸ ਚੀਜ਼ ਦੇ ਵਿੱਚੋਂ ਉਸ ਨੂੰ ਫਾਇਦਾ ਹੁੰਦਾ ਐ। ਗੱਲਾਂ ਨਾਲ ਤੋ ਫਾਇਦਾ ਕੋਈ ਨਹੀਂ ਹੁੰਦਾ ਤੁਸੀਂ ਕਿਸੇ ਵੀ ਚੀਜ਼ ਦੀਆਂ ਗੱਲਾਂ ਕਰੀ ਜਾਓ ਆਪਣੀ ਜ਼ਮੀਨ ਨੂੰ ਕਹੋ ਮੇਰੀ ਜ਼ਮੀਨ ਬਹੁਤ ਚੰਗੀ ਹੈ ਬਹੁਤ ਚੰਗੀ ਹੈ ਕਿ ਇਹ ਕਣਕ ਚੌਲ ਦੇ ਦੇਗੀ ਜਦ ਤੱਕ ਤੁਸੀਂ ਉਹਦੀ ਕਾਸ਼ਟਾ ਕਰੋਗੇ ਮਿਹਨਤ ਨਾ ਕਰੋਗੇ ਕੋਈ ਦੁਕਾਨ ਤੇ ਲੱਖਾਂ ਰੁਪਈਆਂ ਦਾ ਸੌਦਾ ਪਾ ਦਿੰਦਾ ਹੈ ਲੇਕਿਨ ਜਦ ਤੱਕ ਬੈਠਦਾ ਨਹੀਂ ਮਿਹਨਤ ਨਹੀਂ ਕਰਦਾ ਕੋਈ ਪ੍ਰਾਫਿਟ ਨਹੀਂ ਉਹਨਾਂ ਨੂੰ ਮਿਲਦੀ ਫਕੀਰ ਜਿਹੜੇ ਐ ਜੋ ਸਤਿਗੁਰੂ ਉਹਨਾਂ ਨੂੰ ਦਿਆ ਦਿੰਦਾ ਏ ਉਹ ਸ਼ਬਦ ਦਿੰਦਾ ਉਹਦੀ ਮਿਹਨਤ ਕਰਦੇ ਅੰਦਰ ਸੱਚ ਉਹ ਸ਼ਬਦ ਜਿਹੜੀ ਸਾਡੇ ਅੰਦਰ ਧਾਰਾ ਆ ਰਹੀ ਏ ਜਿਹੜੀ ਸਾਡੇ ਅੰਦਰ ਉਹ ਸ਼ਬਦ ਹੀ ਧਾਰਾ ਆ ਰਹੀ ਏ ਉਹ ਸੱਚ ਹੈ ਉਹ ਅੱਜ ਵੀ ਹੈ ਪਹਿਲਾਂ ਵੀ ਸੀ ਤੇ ਫੇਰ ਵੀ ਹੁਸੇ ਨੇ ਰਹਿਣਾ ਉਹ ਹਰ ਇੱਕ ਬੰਦੇ ਦੇ ਅੰਦਰ ਹੈ ਇਹ ਨਹੀਂ ਕਿ ਸਾਡੇ ਅੰਦਰ ਹੈ ਜਾਂ ਔਰ ਦੂਸਰੇ ਮੁਸਲਮਾਨ ਜਾਂ ਹਿੰਦੂ ਦੇ ਜਾਂ ਇਸਤਰੀ ਪੁਰਸ਼ ਦੇ ਨਹੀਂ ਹੈ ਜੀ ਉਹ ਸਾਰਿਆਂ ਦੇ ਅੰਦਰ ਹੈਗੀ ਹੈ ਅਸੀਂ ਮੁਰਸ਼ਿਦੇ ਕੇ ਮਤਾਬਕ ਮਿਹਨਤ ਕਰਕੇ ਉਸ ਸੱਚ ਦੇ ਨਾਲ ਆਪਣਾ ਕਣਕਣ ਜੋੜਨਾ ਹੈ ਸੰਤ ਇਹੀ ਕਹਿੰਦੇ ਹੈ ਭਾਈ ਸੁਰਤੀ ਵੀ ਤੇਰੇ ਅੰਦਰ ਹੈ ਔਰ ਸ਼ਬਦ ਵੀ ਤੇਰੇ ਅੰਦਰ ਹੈ ਉਹ ਤੋਰ ਤਾਂ ਆਪਸੇ ਆ ਰਿਹਾ ਹੈ ਤੂੰ ਸਿਰਫ ਆਪਣੀ ਸੁਰਤੀ ਨੂੰ ਉਹਦੇ ਨਾਲ ਲਗਾ ਦੇ ਔਰ ਕੁਛ ਨਹੀਂ ਕਰਨਾ ਤੂੰ ਉਧਰ ਆਪਣਾ ਖਿਆਲ ਕਰ ਦੇ ਉਸ ਪਾਸੇ ਲਗਾ ਦੇ ਉਹ ਸੱਚ ਹੈ ਅੱਜ ਵੀ ਹੈ ਪਹਿਲਾਂ ਵੀ ਸੀ ਤੇ ਫੇਰ ਵੀ ਉਸੇ ਨੇ ਰਹਿਣਾ ਜਦ ਤੱਕ ਸਾਡੀ ਸੁਰਤੀ ਉਸ ਸੱਚ ਨਾਲ ਸ਼ਬਦ ਨਾਲ ਮਿਲਦੀ ਨਹੀਂ ਤੋ ਸਾਨੂੰ ਕੋਈ ਫਾਇਦਾ ਨਹੀਂ ਹੁੰਦਾ ਜਦ ਸਾਡੀ ਸੁਰਤੀ ਉਸ ਸੱਚ ਨਾਲ ਮਿਲ ਜਾਏਗੀ ਸ਼ਬਦ ਦੇ ਨਾਲ ਤੋ ਸ਼ਬਦ ਸੱਚਖੰਡ ਦੇਚੂ ਵੀ ਆ ਰਿਹਾ ਹੈ ਔਰ ਸਾਚਖੰਡ ਦੇਸ਼ ਵੀ ਜਾ ਰਿਹਾ ਹੈ ਇੱਕ ਦਿਨ ਅਸੀਂ ਵੀ ਆਪਣੇ ਦੇਸ਼ ਪਹੁੰਚ ਜਾਵਾਂਗੇ ਉਸਦੇ ਨਾਲ ਮਿਲ ਕੇ ਹਜ਼ੂਰ ਕਈ ਵਾਰ ਫਰਮਾਉਂਦੇ ਹੁੰਦੇ ਸੀ ਕਿ ਹਜ਼ਾਰਾਂ ਮਣਾ ਦਾ ਲੋਹਾ ਜਾਂ ਜਾਂ ਜੋ ਲੱਗਾ ਹੁੰਦਾ ਹੈ ਲੱਕੜੀ ਦੇ ਨਾਲ ਲੱਕੜੀ ਦੇ ਨਾਲ ਹੀ ਲੋਹਾ ਤਰ ਜਾਂਦਾ ਲੋਹਾ ਇੱਕ ਤੋਲਾ ਵੀ ਤੁਸੀਂ ਪਾਣੀ ਚ ਸੁੱਟੋ ਉਹ ਤੇ ਤਰ ਨਹੀਂ ਸਕਦਾ ਪਰ ਲੱਕੜੀ ਦੇ ਨਾਲ ਤੁਸੀਂ ਜਹ ਜਾਣ ਦੇਖੋ ਇਹ ਹਜ਼ਾਰਾਂ ਮਨਾ ਦਾ ਲੋਹਾ ਵੀ ਲੱਗਾ ਹੈਗਾ ਸਰੀ ਲੱਕੜ ਕੱਲੀ ਨਹੀਂ ਹੈਗੀ ਉਹ ਲੋਹਾ ਵੀ ਉਹਦੇ ਨਾਲ ਤਰ ਗਿਆ ਏਸੀ ਤਰ੍ਹਾਂ ਜੋ ਮੁਰਸ਼ਿਦ ਸਾਨੂੰ ਤਰੀਕਾ ਦੱਸਦਾ ਏ ਉਸ ਤਰੀਕੇ ਨਾਲ ਅਸੀਂ ਚੱਲ ਕੇ ਤੇ ਉਸ ਸ਼ਬਦ ਦੇ ਨਾਲ ਮਿਲਣਾ ਹੈ ਜਿਹੜਾ ਸਾਡੇ ਅੰਦਰ ਆ ਰਿਹਾ ਉਹਦੇ ਨਾਲ ਅਸੀਂ ਮਿਲਣਾ ਹੈ ਆਪਣੀ ਸ਼ਰਤੀ ਨੂੰ ਉਹਦੇ ਨਾਲ ਜੋੜਨਾ ਹੈ ਇੱਕ ਦਿਨ ਆਸੀ ਜ਼ਰੂਰ ਆਪਣੇ ਦੇਸ਼ ਪਹੁੰਚ ਜਾਵਾਂਗੇ ਇਹ ਕਦੀ ਨਹੀਂ ਹੋ ਸਕਦਾ ਕਿ ਅਸੀਂ ਨਾ ਜਾਈਏ ਹਾਂਜੀ ਗੁਰ ਕੈ ਸਬਦ ਸੱਚ ਲੇਵਲਾਏ ਉਹਨੇ ਮੈਲਾਏ ਸੰਸਾਰ ਤਨਾਵੇ ਨਾ ਜਾਏ ਹੰਕਾਰਾ ਗੁਰੂ ਸਾਹਿਬ ਜੀ ਜੋ ਅਸੀਂ ਮੌਕੇ ਦੇ ਮੁਤਾਬਕ ਕੰਮ ਕਰ ਰਹੇ ਆ ਉਹਦੇ ਬਾਰੇ ਗੁਰੂ ਸਾਹਿਬ ਜੀ ਫਰਮਾ ਰਹੇ ਕਿ ਸਾਰਾ ਸੰਸਾਰ ਇਸ ਹੁੰਮੇ ਚ ਮੈਲ ਚ ਫਸਿਆ ਹੈ ਨੇਤਾ ਸੀ ਤੀਰਥ ਨਾਉਂਦੇ ਆ ਇਸ਼ਨਾਨ ਕਰਦੇ ਆ ਹੰਕਾਰ ਕਰਦੇ ਆ ਜਦੋਂ ਹੰਕਾਰ ਕਰਦੇ ਆ ਮੈਲ ਲੱਗ ਜਾਂਦੀ ਹੈ ਬਜਾਏ ਮੈਲ loan ਦੇ ਅਸੀਂ ਮੈਲ ਲਾ ਕੇ ਆਉਨੇ ਆ ਲੇਕਿਨ ਜਿਹੜੀ ਸਾਡੇ ਅੰਦਰ ਮੈਲ ਲੱਗੀ ਹੈ ਉਹ ਸਾਡੇ ਬਾਹਰਲੇ ਪਾਣੀ ਦੇ ਨਾਲ ਨਹੀਂ ਤੁਚ ਸਕਦੀ ਨਾ ਅਸੀਂ ਸਾਫ ਹੋ ਸਕਦੇ ਆ ਸੰਤਾਂ ਨੇ ਬਾਣੀ ਦੇ ਵਿੱਚ ਫਰਮਾਇਆ ਹੈ ਪਰ ਇਹ ਆਥ ਪੈਰ ਤਨ ਦੇ ਲਾ ਪਾਣੀ ਉਤਰ ਸਖੇ ਜਦੋਂ ਸਾਡਾ ਸਰੀਰ ਮਿੱਟੀ ਕਟੇ ਨਾਲ ਭਰਿਆ ਜਾਂਦਾ ਹੈ ਤੋ ਅਸੀਂ ਪਾਣੀ ਦੇ ਵਿੱਚ ਇਸ਼ਨਾਨ ਕਰਕੇ ਆਪਣੇ ਸਾਫ਼ ਹੋ ਜਾਂਦੇ ਹਾਂ ਮੋਦ ਪਲੀਤ ਕੱਪੜ ਹੋ ਲਾ ਸਾਬਣ ਲਈਏ ਤੋ ਜਦੋਂ ਸਾਡੇ ਕੱਪੜੇ ਮੈਲੇ ਹੋ ਜਾਂਦੇ ਆ ਫੇਰ ਸਾਨੂੰ ਸਾਬਣ ਦੀ ਜ਼ਰੂਰਤ ਹੈ ਛੋਡੇ ਸਾਬਣ ਦੀ ਜ਼ਰੂਰਤ ਹੈ ਉਸ ਨੂੰ ਲਾ ਕੇ ਅਸੀਂ ਉਹਦੀ ਮੈਲ ਜਿਹੜੀ ਹੈ ਘੱਟ ਸਕਦੇ ਹਾਂ ਸਾਫ਼ ਕਰ ਸਕਦੇ ਹਾਂ ਪਰ ਇਹ ਮਤ ਪਾਪਾਂ ਕੇ ਸੰਗ ਉਹ ਤੇਰੇ ਨਾਮੇ ਕੇ ਰੰਗ ਸਾਡੀ ਮਤ ਜਿਹੜੀ ਪਾਪਾਂ ਦੇ ਨਾਲ ਭਰੀ ਜਾਣੀ ਹੈ ਜਿੱਥੇ ਉਹ ਮੈਲ ਲੱਗੀ ਹੈ ਉੱਥੇ ਨਾ ਛੋੜਾ ਜਾਂਦਾ ਨਾ ਸਾਬਣ ਜਾਂਦਾ ਨਾ ਇਹ ਪਾਣੀ ਜਾਂਦਾ ਉੱਥੇ ਨਾਮ ਦੀ ਜ਼ਰੂਰਤ ਹੈ ਉਹ ਨਾਮ ਦੇ ਨਾਲ ਹੀ ਸਾਫ਼ ਹੋਏਗਾ ਔਰ ਕਿਸੇ ਚੀਜ਼ ਨਾਲ ਸਾਫ਼ ਨਹੀਂ ਹੋਏਗਾ ਬਾਹਰਲੇ ਇਸ਼ਨਾਨ ਕਰਨ ਨਾਲ ਗੁਰੂ ਸਾਹਿਬ ਜੀ ਫਰਮਾ ਰਹੇ ਸਾਡੇ ਚ ਹੋਮੇ ਪੈਦਾ ਹੋ ਜਾਂਦੀ ਹੈ ਹੰਕਾਰ ਪੈਦਾ ਹੋ ਜਾਂਦਾ ਹੈ ਕਰ ਕਰ ਅਸੀਂ ਦੱਸਣਾ ਸ਼ੁਰੂ ਕਰ ਦਿੰਨੇ ਆ ਅਸੀਂ ਇਨਾ ਦਾਨ ਕੀਤਾ ਹੈ ਇਨਾ ਜਗ ਕੀਤਾ ਅਸੀਂ ਇਨਾ ਇਸ਼ਨਾਨ ਕੀਤਾ ਹੈ ਸਾਡੇ ਵਿੱਚ ਉਹ ਹੰਕਾਰ ਪੈਦਾ ਹੋ ਜਾਂਦਾ ਹੈ ਬਜਾਏ ਮੈਲ ਲਾਣ ਦੇ ਸਾਨੂੰ ਮੈਲ ਲੱਗ ਜਾਂਦੀ ਔਰ ਉਹਨਾਂ ਨੇ ਉਹ ਕੰਮ ਕੀਤਾ ਹੈ ਮਹਾਰਾਜ ਤੀਸਰੀ 파ਰਸੀ ਨੇ ਪਹਿਲੀ ਵਸਾ ਦੇ ਵਿੱਚ ਇਹ ਕੰਮ ਕੀਤਾ ਹੈ ਉਹਨਾਂ ਨੂੰ ਇਹ ਤਜਰਬਾ ਹੈ ਉਹ ਆਪਣੇ ਤਜਰਬੇ ਹੀ ਸਾਨੂੰ ਦੱਸ ਰਹੇ ਹੈ ਸਨਾਨ ਕਰਕੇ ਉਹਨਾਂ ਵਿੱਚ ਵੀ ਇਹ ਚੀਜ਼ ਆਈ ਹੋਵੇਗੀ ਤਾਂ ਹੀ ਦੁਨੀਆ ਦਾ ਤਜਰਬਾ ਹੋਇਆ ਨਾ ਆਮ ਕੋਈ ਬੰਦਾ ਕਹਿੰਦਾ ਤੈਉ ਗੱਲ ਕੋਈ ਸੁਨਾਹ ਕਹਿੰਦਾ ਘਰ ਬੀਤੀ ਸੁਨਾਮਾ ਕਿ ਜਗ ਬੀਤੀ ਕਹਿੰਦੇ ਜਗ ਦਾ ਕੀ ਫਾਇਦਾ ਘਰ ਬੀਤੀ ਸੁਨਾਹ ਜਿਹੜੀ ਘਰ ਚ ਤੇਰੇ ਬੀਤੀ ਉਹ ਸੁਨਾਹ ਸੰਤ ਜੋ ਆਪਣੇ ਨਾਲ ਬੀਤਦਾ ਹੈ ਉਹ ਬਾਣੀ ਚ ਲਿਖਦੇ ਇਹ ਜਗ ਦੇ ਨਹੀਂ ਲਿਖਦੇ ਫਿਰ ਉਹ ਤਜਰਬਾ ਆਇਆ ਹੈ ਕਿ ਜੋ ਸਾਡੇ ਨਾਲ ਹੋਇਆ ਹੈ ਦੂਸਰੇ ਨਾਲ ਵੀ ਹੈਗਾ ਜੇ ਸਾਡੇ ਵਿੱਚ ਹੰਕਾਰ ਆਇਆ ਹੈ ਇਸ਼ਨਾਨ ਕਰਕੇ ਤੇ ਬਾਕੀ ਵਾਲਿਆਂ ਵਿੱਚ ਵੀ ਆਇਆ ਹੀ ਹੋਊਗਾ ਹਾਂਜੀ ਹ ਮੇ ਮੈਲਾਏ ਸਲਸਾਰਾ ਤਨਾਵੇ ਨਾ ਜਾਏ ਅਹੰਕਾਰ ਬਿਨ ਗੁਰ ਪੇਟੇ ਜਮ ਕਰੇ ਖੁਆਰਾ ਬਿਨ ਕੋਰ ਪੇ ਜਮ ਕਰੇ ਖਵਾਰਾ ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਕਿ ਭਾਈ ਬਗੈਰ ਸਤਗੁਰ ਦੇ ਜਮ ਸਾਨੂੰ ਖਵਾਰ ਕਰਨਗੇ ਕਿਉਂਕਿ ਬਿਨਾ ਸਤਗੁਰ ਜੀ ਸਿੱਖਿਆ ਦੇ ਅਸੀਂ ਜੋ ਵੀ ਕੰਮ ਕਰਦੇ ਆ ਉਹ ਅਸੀਂ ਜਮ ਦੂਤਾਂ ਦਾ ਹੀ ਕੰਮ ਕਰਦੇ ਆ ਉਹਦਾ ਅੱਛਾ ਨਹੀਂ ਕਰਦੇ ਅਸੀਂ ਜੋ ਅਸੀਂ ਸਤਿਗੁਰ ਦੇ ਕਹਿਣੇ ਮੁਤਾਬਕ ਕੰਮ ਕਰਾਂਗੇ ਉਹਦਾ ਫਾਇਦਾ ਹੋਏਗਾ ਜਿਹੜਾ ਅਸੀਂ ਆਪਣੇ ਮਨ ਦੀ ਮਰਜ਼ੀ ਕਰਦੇ ਹਾਂ ਉਹਦਾ ਕੋਈ ਫਾਇਦਾ ਨਹੀਂ ਉਹ ਤੇ ਸਾਨੂੰ ਐਂਤ ਸਮੇਂ ਜਮਦੂਤ ਆਣਗੇ ਔਰ ਸਾਡੀ ਰੂਹ ਆਤਮਾ ਨੂੰ ਕੱਢ ਕੇ ਲੈ ਜਾਣਗੇ ਜੋ ਵੀ ਅਸੀਂ ਕਰਮ ਕੀਤੇ ਹੋਣਗੇ ਉਹਨਾਂ ਕਰਮਾਂ ਦੀ ਸਾਨੂੰ ਸਜ਼ਾ ਮਿਲੇਗੀ ਉਹ ਕਦੀ ਵੀ ਸਾਨੂੰ ਮਾਫ਼ ਨਹੀਂ ਕਰ ਸਕਦੇ ਪਰ ਜੇ ਅਸੀਂ ਸਤਿਗੁਰ ਕਿਸੇ ਮਹਾਂਪੁਰਖਾਂ ਦੇ ਕਹਨੇ ਮੁਤਾਬਕ ਚੋਦਸੇ ਕੰਮ ਕਰਾਂਗੇ ਫਿਰ ਜਮਦੂਤ ਨਹੀਂ ਆਣਗੇ ਮਹਾਰਾਜ ਤੀਸਰੀ ਪਾਰਸ਼ੀ ਗੁਰੂ ਸਾਹਿਬ ਜੀ ਫਰਮਾਉਂਦੇ ਐ ਸ਼ਬਦ ਸੁਣੇ ਸਦੂਰਾਂ ਭਾਗੇ ਮਤ ਮਾਰੇ ਜੀਓ ਵੇ ਪਰਵਾਹ ਜਿਹਦੇ ਪਾਸ ਸ਼ਬਦ ਹੁੰਦਾ ਹੈ ਸੰਤਾਂ ਮਹਾਂਪੁਰਖਾਂ ਦਾ ਉਹਦੇ ਪਾਸ ਜਮਦੂਤ ਨਹੀਂ ਆ ਸਕਦੇ ਉਹ ਦੂਰੋਂ ਹੀ ਸੁਣ ਕੇ ਭੱਜ ਜਾਂਦੇ ਐ ਹਾਂਜੀ ਬਿਨ ਗੁਰ ਪੇਤੇ ਜਮ ਕਰੇ ਖਵਾਰਾ ਸੋ ਜਨ ਸਾਚਾ ਜੋ ਮੈ ਮਾਰੇ ਗੁਰ ਕੈ ਸ਼ਬਦ ਪੰਚ ਸੰਘਾਰੇ ਗੁਰੂ ਸਾਹਿਬ ਜੀ ਏਕੇ ਸਾਂਝਾ ਸ਼ਬਦ ਦੱਸ ਰਹੇ ਹੈ ਕਿਉਂਕਿ ਸੰਤਾਂ ਦੀ ਬਾਣੀ ਮੁਸ਼ਤਰਕਾ ਹੁੰਦੀ ਹੈ ਕਿਸੇ ਦਾ ਨਾਂ ਨਹੀਂ ਲੈ ਰਹੇ ਸੋ ਜਨ ਸੱਚਾ ਸੋ ਲਭ ਜਿਹੜਾ ਏਕ ਮੁਸ਼ਤਰਕਾ ਹੈ ਕੋਈ ਵੀ ਹੋ ਸਕਦਾ ਹੈ ਸੋ ਜਨ ਸੱਚਾ ਜੋ ਹੁੰਮੇ ਮਾਰੇ ਹੁਣ ਹੁੰਮੇ ਦਾ ਇਹ ਐਸੀ ਬਿਮਾਰੀ ਹੈ ਸਾਡੇ ਅੰਦਰ ਕਿ ਕੋਈ ਵੀ ਡਾਕਟਰ ਇਹਦੀ ਦਵਾਈ ਨਹੀਂ ਦੇ ਸਕਦਾ ਔਰ ਕਿਸੇ ਵੀ ਕਰਮਨਾਲਾ ਲ ਇਹ ਨਹੀਂ ਜਾ ਸਕਦੀ ਇਹਦੇ ਬਾਰੇ ਸੰਤਮਾ ਪੁਰਖ ਆਪ ਹੀ ਫਰਮਾਉਂਦੇ ਆਪ ਦਵਾਈ ਦਿੰਦੇ ਆ ਹਉਮੇ ਮਮਤਾ ਸ਼ਬਦ ਜਲਾਈ ਜਦੋਂ ਸਿੱਖ ਸ਼ਬਦ ਦੀ ਕਮਾਈ ਕਰਦਾ ਹੈ ਜਿਉਂ-ਜਿਉਂ ਕਮਾਈ ਕਰਦਾ ਜਾਂਦਾ ਹੈ ਇਹ ਜਿਵੇਂ ਮਮਤਾ ਜਿਹੜੀ ਘਟਨਾ ਸ਼ੁਰੂ ਹੋ ਜਾਂਦੀ ਹੈ ਪੰਜ ਕਾਮ ਕ੍ਰੋਧ ਮੋਹ ਲੋਭ ਹੰਕਾਰ ਜਿਹੜੇ ਇਹ ਵੀ ਬਦਲ ਜਾਂਦੇ ਹੈ ਬਿਖਸੇ ਅੰਮ੍ਰਿਤ ਪਿਆ ਜਦ ਰਾਮ ਨਾਮ ਲਿਬ ਲੱਗੀ ਹਰ ਚੀਜ਼ ਬਦਲ ਜਾਂਦੀ ਹੈ ਜਿਸ ਨਾਲ ਕਿਸੇ ਬਰਖਸ਼ ਦਾ ਫਲ ਬਦਲ ਜਾਂਦਾ ਤੁਸੀਂ ਉਧਰ ਧਿਆਨ ਦਿਓ ਕਿ ਕਿਸੇ ਬ੍ਰਿਸ਼ ਨਾਲ ਫਲ ਲੱਗਾ ਹੈ ਪਹਿਲਾਂ ਉਹ ਕੜਬਾ ਹੁੰਦਾ ਹੈ ਬ੍ਰਿਸ਼ ਦੇ ਨਾਲ ਜੁੜਿਆ ਰਹਿੰਦਾ ਹੈ ਆਸ ਤੇ ਆਸ ਤੇ ਉਹਦੇ ਵਿੱਚ ਮਠਿਆਸ ਆ ਜਾਂਦੀ ਹੈ ਬਦਲ ਜਾਂਦਾ ਇਸੇ ਤਰ੍ਹਾਂ ਜਿਉਂ-ਜਿਉਂ ਇਹ ਨਾਮ ਜਪੇਗਾ ਇਹਦੇ ਵੀ ਅੰਦਰ ਜਿਹੜੀਆਂ ਚੀਜ਼ਾਂ ਦੁੱਖ ਦੇਣ ਵਾਲੀਆਂ ਨੇ ਇਹ ਬਦਲ ਜਾਣਗੀਆਂ ਆਪਣੇ ਆਪ ਹੀ ਬਦਲ ਜਾਣਗੀਆਂ ਇਸੇ ਤਰ੍ਹਾਂ ਮਿਸਾਲ ਦੇ ਤੌਰ 'ਤੇ ਤੁਸੀਂ ਕਿਸੇ ਬੰਦੇ ਦੀ ਮਿਸਾਲ ਲੈ ਲਓ ਕੋਈ ਬੰਦਾ ਖਰਾਬ ਹੈ ਚੰਗਾ ਨਹੀਂ ਲੇਕਿਨ ਅੱਛੇ ਬੰਦੇ ਦੀ ਸੰਗਤ ਕਰਦਾ ਏ ਨੇਕ ਪਾਗ ਬੰਦੇ ਦੀ ਸੰਗਤ ਕਰਦਾ ਏ ਤੋ ਆਸ ਤੇ ਆਸੇ ਇੱਕ ਦਿਨ ਉਹਦੇ ਵਿੱਚੋਂ ਜਿਹੜੀ ਗਲਤੀਆਂ ਆਉਂਦੀਆਂ ਸਾਰੀਆਂ ਦੂਰ ਹੋ ਜਾਂਦੀਆਂ ਨੇ ਉਹ ਵੀ ਅੱਛਾ ਬਣ ਜਾਂਦਾ ਏ ਉਹ ਵੀ ਨੇਕ ਪਾਗ ਬਣ ਜਾਂਦਾ ਏ ਇਸੇ ਤਰ੍ਹਾਂ ਸਾਡੇ ਅੰਦਰ ਜਿਹੜੀਆਂ ਸਾਨੂੰ ਦੁੱਖ ਦੇਣ ਵਾਲੀਆਂ ਤਾਕਤਾਂ ਨੇ ਜਿਉਂ-ਜਿਉਂ ਸਿੱਖ ਨਾਮ ਜਪਦਾ ਹੈ ਉਹ ਆਪਣੇ ਆਪ ਹੀ ਤਾਕਤਾਂ ਜਿਹੜੀਆਂ ਨੇ ਖਤਮ ਹੋ ਜਾਂਦੀਆਂ ਨੇ ਆਪਣੇ ਆਪ ਹੀ ਉਹ ਜਿਸ ਨਾਲ ਇੱਕ ਕਈ ਵਾਰੀ ਆਵਾਜ਼ ਦੀ ਮਿਸਾਲ ਦਿੱਤੀ ਹੈ ਜਿਸ ਦਰਖਤ ਤੇ ਆਵਾਜ਼ ਬੈਠਾ ਹੁੰਦਾ ਹੈ ਤੇ ਦੂਸਰੇ ਜਾਨਵਰ ਉੱਡ ਨਹੀਂ ਸਕਦੇ ਤੇ ਬਾਹਰੋਂ ਕੋਈ ਆ ਨਹੀਂ ਸਕਦਾ ਜਿਹੜੇ ਬੈਠੇ ਹੁੰਦੇ ਆ ਉਹ ਵੀ ਬੇਜਾਨ ਹੁੰਦੇ ਆ ਇਸੇ ਤਰ੍ਹਾਂ ਜਿਹੜੀਆਂ ਸਾਡੇ ਅੰਦਰੋਂ ਤਾਕਤਾਂ ਨੇ ਉਹ ਸ਼ਬਦ ਦੇ ਅੱਗੇ ਕੰਮ ਨਹੀਂ ਕਰ ਸਕਦੀਆਂ ਜਿਉਂ-ਜਿਉਂ ਸਿੱਖ ਸ਼ਬਦ ਦੀ ਕਮਾਈ ਕਰਦਾ ਹੈ ਉਹ ਤਾਕਤਾਂ ਜਿਹੜੀਆਂ ਹਨ ਉਹ ਖਤਮ ਹੋਣਾ ਸ਼ੁਰੂ ਹੋ ਜਾਂਦੀਆਂ ਕਿਉਂਕਿ ਉਹਨਾਂ ਦੀ ਖੁਰਾਕ ਨਹੀਂ ਮਿਲਦੀ ਜਿਸ ਪਸ਼ੂ ਦੀ ਖੁਰਾਕ ਨਹੀਂ ਮਿਲੇ ਪਸ਼ੂ ਨੇ ਕਮਜ਼ੋਰ ਹੋਣਾ ਹੀ ਹੋਣਾ ਜਿਸ ਬੰਦੇ ਦੀ ਖੁਰਾਕ ਨਹੀਂ ਮਿਲੇਗੀ ਬੰਦਾ ਕਮਜ਼ੋਰ ਹੋਏਗਾ ਜਿਸ ਖਾਸ਼ ਦੀ ਖੁਰਾਕ ਨਹੀਂ ਮਿਲੇਗੀ ਉਹ ਖਾਸ਼ ਕਮਜ਼ੋਰ ਹੋਏਗੀ ਗੱਲਾਂ ਵੀ ਉਹਦੀ ਖੁਰਾਕ ਹੈ ਸੁਣਨਾ ਵੀ ਉਹਦੀ ਖੁਰਾਕ ਹੈ ਖਾਣਾ ਪੀਣਾ ਵੀ ਉਸ ਚੀਜ਼ ਦੀ ਖੁਰਾਕ ਹੈ ਅਸੀਂ ਉਹਨਾਂ ਚੀਜ਼ਾਂ ਨੂੰ ਤਕੜਾ ਕਰਨ ਵਾਸਤੇ ਕਈ ਜ਼ਰੀਲੀਆਂ ਚੀਜ਼ਾਂ ਖਾਂਦੇ ਆ ਉਹਨਾਂ ਚੀਜ਼ਾਂ ਨੂੰ ਬਲ ਬਲਦਾਰ ਕਰਨ ਵਾਸਤੇ ਤਕੜੇ ਕਰਨ ਵਾਸਤੇ ਕਈ ਚੀਜ਼ਾਂ ਅਸੀਂ ਜ਼ਰੀਲੀਆਂ ਖਾਂਦੇ ਹਾਂ ਤੇ ਫਕੀਰਾਂ ਕਿਉਂ ਉਹ ਚੀਜ਼ਾਂ ਖਾਧੀਆਂ ਜਿਹਦੇ ਨਾਲ ਉਹਨਾਂ 'ਚ ਬਲ ਖਤਮ ਹੋ ਗਿਆ ਜੰਗਲਾਂ ਵਿੱਚ ਫਕੀਰ ਪੱਤੇ ਖੋਰ ਖਾ ਕੇ ਗੁਜ਼ਾਰਾ ਕੀਤਾ ਦਾਲ ਫੁਲਕਾ ਖਾ ਕੇ ਉਹ ਤਨਾ ਕਿ ਜਿੰਨਾ ਇਤਸਾਫ ਦੇ ਨਾਲ ਉਹ ਖਾ ਕੇ ਉਹਨਾਂ ਨੇ ਉਹ ਚੀਜ਼ ਨੂੰ ਖਤਮ ਕੀਤਾ ਉਹਦਾ ਬਲ ਜਿਹੜਾ ਸੀ ਖਤਮ ਹੋਣਾ ਸ਼ੁਰੂ ਹੋ ਗਿਆ ਕਿਉਂਕਿ ਖੁਰਾਕ ਨਹੀਂ ਮਿਲੀ ਸਾਡੇ ਕਾਮਕ੍ਰੋਧ ਨੂੰ ਖਾਗਣੀ ਖਰਾਗਣੀ ਮਿਲੇਗੀ ਲੋਭ ਨੂੰ ਖਰਾਗਣੀ ਮਿਲੇਗੀ ਹੰਕਾਰ ਨੂੰ ਖਰਾਗਣੀ ਮਿਲੇਗੀ ਆਪਣੇ ਆਪ ਹੀ ਕਮਜ਼ੋਰ ਹੋਣਾ ਸ਼ੁਰੂ ਹੋ ਜਾਣਗੇ ਜਦੋਂ ਇਹਦੀ ਖਰਾਗ ਇਹਨਾਂ ਨੂੰ ਮਿਲੇਗੀ ਇਹ ਵੱਲ ਦਾਰ ਹੋਣਗੇ ਪਰ ਸਿੱਖ ਨਾਮ ਜਪਦਾਏ ਦਿਨ ਰਾਤ ਮਿਹਨਤ ਕਰਦਾਏ ਫਰੀਦ ਸਾਹਿਬ ਨੇ ਕਿਹਾ ਫਰੀਦਾ ਸੁੱਕੀ ਗਿਲੀ ਖਾ ਕੇ ਠੰਡਾ ਪਾਣੀ ਪਿਓ ਦੇਖ ਪਰਾਈ ਚੋਪੜੀ ਨਾ ਤਰਸਾ ਜੀ ਐ ਫਰੀਦ ਤੂੰ ਜੇਦਾਂ ਨਹੀਂ ਮਿਲਦੀ ਸੁੱਕੀ ਗੀਲੀ ਖਾ ਕੇ ਠੰਡਾ ਪਾਣੀ ਪੀ ਔਰ ਈਸ਼ਵਰ ਦੀ ਪਗਤੀ ਕਰ ਪਰਾਈਆਂ ਦੇਖ ਕੇ ਚੋਪੜੀਆਂ ਹੋਇਆਂ ਤੂੰ ਦਿਲ ਨੂੰ ਤਰਸਾਈ ਨਾ ਇਸ ਵਾਸਤੇ ਜਿਹੜੀਆਂ ਸਾਡੇ ਅੰਦਰ ਇਹ ਤਾਕਤਾਂ ਨੇ ਇਹਨਾਂ ਦੀ ਜੇ ਤੂੰ ਖੁਰਾਕ ਨਹੀਂ ਮਿਲਦੀ ਇਹ ਆਪਣੇ ਆਪ ਹੀ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦੀਆਂ ਨੇ ਔਰ ਦੂਸਰੀ ਤਾਕਤ ਜਿਹੜੀ ਵਧਣਾ ਸ਼ੁਰੂ ਹੋ ਜਾਂਦੀ ਹੈ ਜਿਸ ਨਾਲ ਦਰਖਤਾਂ ਦਾ ਫਲ ਮਿੱਠਾ ਹੋ ਜਾਂਦਾ ਹੈ ਇਸ ਤਰ੍ਹਾਂ ਇਹਦੇ ਅੰਦਰ ਵੀ ਮਠਿਆਸ ਆਉਣਾ ਸ਼ੁਰੂ ਹੋ ਜਾਂਦੀ ਹੈ ਹਾਂਜੀ ਸੋ ਜਨ 사ਚਾ ਜੋ ਮੈਂ ਮਾਰੇ ਗੁਰ ਕੇ ਸ਼ਬਦ ਪੰਚ ਸੰਘਾਰੇ ਪਤਰੇ ਸਗਲੇ ਕੁੱਲ ਤਾਰੇ ਆਪ ਤਰੇ ਸਗਲੇ ਕੁੱਲ ਤਾਰੇ ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਕਿ ਉਹ ਸਿਰਫ ਆਪ ਨਹੀਂ ਤਰਦੇ ਉਹ ਸਗਲੇ ਕੁਲਾਂ ਨੂੰ ਵੀ ਤਾਰ ਦਿੰਦੇ ਆ ਉਨਾ ਫਕੀਰਾਂ ਦੀਆਂ ਇਹ ਨਿਸ਼ਾਨੀਆਂ ਦੱਸ ਰਿਹਾ ਹੈ ਸਗਲੇ ਜਿਹੜੇ ਐ ਸਗਲੇ ਲਫਜੇ ਕੈਸਾ ਹੈ ਕਿ ਇਹਦੇ ਵਿੱਚ ਤਮਾਮ ਪਸ਼ੂ ਪੰਛੀ ਕੀੜੇ ਮਕੋੜੇ ਦਰਖਤ ਵਗੈਰਾ ਫਸਲ ਸਬਜ਼ੀਆਂ ਸਭ ਵਿੱਚ ਆ ਜਾਂਦੀ ਹੈ ਜਿਹੜੀ ਵੀ ਉਸ ਦੇ ਦਵਾਰੇ ਆ ਜਾਂਦੀ ਹੈ ਕੋਈ ਵੀ ਚੀਜ਼ ਉਤਰ ਜਾਂਦੀ ਹੈ ਪਸ਼ੂ ਬਣ ਕੇ ਆ ਜਾਏਗਾ ਹਜ਼ੂਰ ਕੇਵਾਰ ਫਰਮਾਉਂਦੇ ਹੁੰਦੇ ਸੀ ਕਿ ਜਿਸ ਦਰਖਤ 'ਤੇ ਉਹ ਧਾਤਨ ਕਰਨਗੇ ਉਹ ਦਰਖਤ ਵੀ ਤਰ ਜਾਂਦਾ ਹੈ ਜਿਹਦੇ ਥੱਲੇ ਉਹ ਸ਼ਾਮਾਂ ਬੈਠਣਗੇ ਫਕੀਰ ਉਹ ਉਹ ਦਰਖਤ ਜਿਹੜਾ ਉਹ ਵੀ ਤਰ ਜਾਂਦਾ ਹੈ ਜਿੱਥੇ ਜਾ ਕੇ ਉਹ ਭਜਨ ਕਰਨਗੇ ਉਹ ਭੂਮੀ ਵੀ ਤਰ ਜਾਂਦੀ ਹੈ ਕਈ ਵਾਰ ਅੱਗੇ ਵੀ ਦੱਸਿਆ ਕਿ ਜਦੋਂ ਕਬੀਰ ਸਾਹਿਬ ਜੀ ਮਹਾਰਾਜ ਕਬੀਰ ਸਾਹਿਬ ਦੇ ਨਾਲ ਸ਼ਰਾਬ ਵਾਲਿਆਂ ਨੇ ਬਹੁਤ ਝਗੜਾ ਕੀਤਾ ਉਹਤੇ ਫੋਰਡੇ ਲਵ ਚ ਕੇ ਨਿੰਦਿਆ ਉਸ ਦੀ ਕਰਨਾ ਸ਼ੁਰੂ ਕੀਤੀ ਕਬੀਰ ਸਾਹਿਬ ਨੇ ਸੋਚਿਆ ਕਿ ਚਲੋ ਅਸੀਂ ਇੱਥੇ ਕਾਂਸ਼ੀ ਵਿੱਚ ਕੀ ਕਰਨਾ ਹੈਗਾ ਭਜਨ ਕਰਨਾ ਕਿਸੇ ਐਸੀ ਜਗ੍ਹਾ ਚਲੀਏ ਜਿੱਥੇ ਕੋਈ ਸਾਡੇ ਮਗਰ ਜਾਵੇ ਨਾ ਇਕੱਲਿਆਂ ਬੈਠ ਕੇ ਭਜਨ ਕਰਾਂਗੇ ਕਿੱਥੇ ਚਲਾਗੇ ਜਿਸ ਨੂੰ ਮਗਰ ਦੇਸ਼ ਕਿਹਾ ਗਿਆ ਮਗਰ ਦੇਸ਼ ਜਿਹੜਾ ਸੀ ਉਹ ਸਾਡੇ ਰਿਸ਼ੀਆਂ ਮੁਣੀਆਂ ਨੇ ਉਸ ਨੂੰ ਰੱਦਿਆ ਸੀ ਕਿ ਜਿਹੜਾ ਵੀ ਇੱਥੇ ਮਰੇਗਾ ਉਹ ਗਦੇ ਦੀ ਜੂਣ ਵਿੱਚ ਆਏਗਾ ਉਹ ਇਲਾਕਾ ਹੀ ਜਿਹੜਾ ਉਸ ਇਲਾਕੇ ਨੂੰ ਹੀ ਇਹਨਾਂ ਰੱਦਿਆ ਦਿੱਤਾ ਸੀ ਕਿ ਇਸ ਇਲਾਕੇ ਜਿਹੜਾ ਪਵਿੱਤਰ ਨਹੀਂ ਹੈ ਸਾਫ਼ ਨਹੀਂ ਹੈ ਉਹ ਅਸੀਂ ਵੀ ਦੇਖਿਆ ਜਾ ਕੇ ਇਲਾਕਾ ਕਬੀਰ ਸਾਹਿਬ ਜੀ ਉੱਥੇ ਆ ਕੇ ਬੈਠੇ ਭਜਨ ਕੀਤਾ ਪਿੱਛੇ-ਪਿੱਛੇ ਉਹਨਾਂ ਦੇ ਸ਼ਰਧਾਲੂ ਵੀ ਚੱਲੇ ਗਏ ਕਲੌਣੀਆਂ ਬਣ ਗਈਆਂ ਖੇਤੀਬਾੜੀ ਹੋਣਾ ਸ਼ੁਰੂ ਹੋ ਗਈ ਸ਼ਹਿਰ ਬਣ ਗਏ ਉਸ ਭੂਮੀ ਨੂੰ ਵੀ ਤਾਰ ਦਿੱਤਾ ਜਿਸ ਨੂੰ ਰਿਸ਼ੀਆ ਮੁਣੀਆਂ ਨੇ ਔਰ ਸ਼ਰਦ ਦੇ ਲੋਕੋ ਨੇ ਰੱਦਿਆ ਸੀ ਕਿ ਜਿਹੜਾ ਇੱਥੇ ਆ ਕੇ ਮਰੇਗਾ ਉਹ ਗਦੇ ਦੀ ਜੂਣ ਵੀ ਜਾਏਗਾ ਲੇਕਿਨ ਉਹ ਭੂਮੀ ਵੀ ਜਿਹੜੀ ਤਰ ਗਈ ਗੁਰਮੁਖ ਜਿਹੜੇ ਨਾਮ ਜਪਦੇ ਐ ਉਸ ਜ਼ਮੀਨ ਨੂੰ ਵੀ ਉਸ ਇਲਾਕੇ ਨੂੰ ਵੀ ਤਾਰ ਦਿੰਦੇ ਐ ਜਿੱਥੇ ਉਹ ਨਾਮ ਜਪਦੇ ਅਸੀਂ ਉਸ ਨੂੰ ਰਲਦੇ ਆਂ ਅਸੀਂ ਉਹਨੂੰ ਪਹਿੜਾ ਬਣਾਉਂਦੇ ਆਂ ਉਸ ਨੂੰ ਨਾਮ 잡 ਕੇ ਚੰਗਾ ਬਣਾ ਦਿੰਦੇ ਇਹ ਜ਼ਰੂਰ ਫਰਕ ਹੈਗਾ ਜ਼ਮੀਨ 'ਚ ਵੀ ਫਰਕ ਹੈ ਹਰ ਚੀਜ਼ 'ਚ ਫਰਕ ਹੈ ਜੈਸੇ ਜੈਸਾ ਜਿੱਥੇ ਕੰਮ ਹੁੰਦਾ ਹੈ ਉਦੀ ਰੌ ਰਿਓ ਉਸੇ ਤਰ੍ਹਾਂ ਬਣ ਜਾਂਦੀ ਹੈ ਇਹ ਤੁਸੀਂ ਸਾਰੇ ਜਾਣਦੇ ਹੋ ਕਿ ਸਰਬਨ ਜਦੋਂ ਆਪਣੇ ਮਾਤਾ ਪਿਤਾ ਨੂੰ ਬੈਂਕ 'ਚ ਪਾ ਕੇ ਤੇ ਲੈ ਕੇ ਫਿਰਦਾ ਹੁੰਦਾ ਸੀ ਤੇ ਇੱਕ ਜਗ੍ਹਾ ਐਸੀ ਆਈ ਇਹ ਬੈਂਗੀ ਛੱਡ ਕੇ ਤੇ ਕਹਿਣ ਲਗਾ ਮੈਨੂੰ ਮਜ਼ਦੂਰੀ ਦਿਓ ਤਾਂ ਮੈਂ ਤੁਹਾਨੂੰ ਅੱਗੇ ਲੈਣਾ ਨੇ ਤਾਂ ਨਹੀਂ ਲੈਣਾ ਉਹ ਦੋਵੇਂ ਅੰਨੇ ਸਨ ਉਹਨਾਂ ਸੋਚਿਆ ਕਿ ਬਣਿਆ ਸਰਬੰਧ ਤੇ ਸਾਡਾ ਪੁੱਤ ਸਰ ਬਣਿਆ ਸੋਚਿਆ ਜਗਾ ਚ ਨੁਕਸ ਹੈ ਬੇਟਾ ਤੂੰ ਅੱਗੇ ਸਾਨੂੰ ਲੈ ਚੱਲ ਅੱਗੇ ਚੱਲ ਕੇ ਤੈਨੂੰ ਮਜ਼ਦੂਰੀ ਦੇਣੇ ਆ ਜਦੋਂ ਉਹ ਤੁਹਾਨੂੰ ਬੈਂਗੀ ਚੋਕ ਕੇ ਅੱਗੇ ਲੈ ਗਿਆ ਤਾਂ ਹੋਸ਼ ਆ ਗਈ ਫਿਰ ਮਾਫੀ ਮੰਗਣ ਲੱਗਾ ਕਹਿੰ ਲੱਗਾ ਮੈਂ ਬਹੁਤ ਗਲਤੀ ਕੀਤੀ ਹੈ ਤੁਹਾਡੇ ਪਾਸੋਂ ਮੈਂ ਪੈਸੇ ਮੰਗੇ ਆ ਕਹਿੰ ਲੇ ਕਿ ਨਹੀਂ ਤੇਰਾ ਕਸੂਰ ਨਹੀਂ ਕੋਈ ਵੀ ਇਹ ਉਸ ਜਗ੍ਹਾ ਦਾ ਕਸੂਰ ਸੀ ਉਹ ਜਗ੍ਹਾ ਹੀ ਐਸੀ ਸੀ ਜਿਸ ਜਗ੍ਹਾ ਤੇ ਕੋਈ ਐਸਾ ਕੰਮ ਹੁੰਦਾ ਉੱਥੇ ਕੋਈ ਭਲਾ ਮਾਨਸ ਵੀ ਬੰਦਾ ਚਲੇ ਜਾਏ ਉਹਦਾ ਵੀ ਮਨ ਬਦਲ ਜਾਂਦਾ ਫਰਕ ਪੈ ਜਾਂਦਾ ਹੈ ਹਾਂਜੀ ਆਪ ਤਰੇ ਸਗਲੇ ਕੁਲ ਤਾਰੇ ਮਾਇਆ ਮੋਟ ਬਾਜੀ ਪਾਈ ਮਨ ਮੁਖ ਅੰਧ ਰਹੇ ਲਪਟਾਈ ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ ਮਾਇਆ ਮੋਹ ਨੇ ਐਸਾ ਇੱਕ ਤਮਾਸ਼ਾ ਬਣਾਇਆ ਹੈ ਇਸ ਜੀਵ ਨੂੰ ਐਸਾ ਨਚਾ ਰਹੀ ਹੈ ਜਿਸ ਤਰ੍ਹਾਂ ਨਟਾਂ ਦਾ ਤਮਾਸ਼ਾ ਹੁੰਦਾ ਹੈ ਨਟਾਂ ਦਾ ਤਮਾਸ਼ਾ ਤੁਸੀਂ ਕਈ ਵਾਰ ਦੇਖਿਆ ਹੈ ਕਿ ਮਾਇਆ ਵਾਸਤੇ ਉਹ ਕਿੰਨੇ ਨੱਚਦੇ ਟੱਪਦੇ ਪੁੱਠੇ ਸਿੱਦੇ ਹੁੰਦੇ ਹੈ ਇਸੇ ਤਰ੍ਹਾਂ ਇਹ ਮਾਇਆ ਮੋਹ ਦੇ ਵਿੱਚ ਜੀਵ ਆ ਕੇ ਨਟਾਂ ਦੇ ਤਮਾਸ਼ੇ ਵਾਂਗਰ ਨਚਦਾ ਔਰ ਜਿਆਦਾ ਸੰਤ ਮਹਾਂਪੁਰਖ ਮਿਲਦੇ ਐ ਉਹ ਇਹਨੂੰ ਸਮਝਾਉਂਦੇ ਐ ਭਾਈ ਤੂੰ ਈਸ਼ਵਰ ਦੀ ਭਗਤੀ ਕਰ ਤੂੰ ਇਹਦੇ ਵਿੱਚ ਜਿਹੜਾ ਨੱਚ ਰਿਆ ਮਾਇਆ ਮੋਹ ਦੇ ਵਿੱਚ ਇਹਦੇ ਤੇ ਤੇਰੇ ਸਾਥ ਨਹੀਂ ਜਾਣਾ ਕੁਛ ਵੀ ਇਹਦੇ ਸਭ ਕੁਝ ਇੱਥੇ ਹੀ ਰਹਿਣਾ ਕਈ ਵਾਰ ਕਾਰੂ ਪਾਤਸ਼ਾਹ ਦੀ ਸਾਖੀ ਸੁਣਾਈ ਹੈ ਕਿ ਕਾਰੂ ਪਾਤਸ਼ਾਹ ਜਿਸ ਨੇ तमाम ਦੁਨੀਆ ਦਾ ਧਨ ਜਿਹੜਾ ਸੀ ਇਕੱਠਾ ਕਰ ਲਿਆ ਤੇ ਫਿਰ ਇਹ ਕਿਹਾ ਵੀ 1 ਰੁਪਇਆ ਕੋਈ ਦੇਵੇ ਤੇ ਉਹਨੂੰ ਲੜਕੀ ਦਾ ਸਾਗ ਦੇਵਾਂਗਾ ਮਕਸਦ ਕੀ ਸੀ ਕਿ 1 ਰੁਪਇਆ ਕੋਈ ਹੈ ਕਿ ਦੇ ਕੇ ਨਹੀਂ ਹੈਗਾ ਇੱਕ ਮੁਸਲਮਾਨ ਗਰੀਬ ਲੜਕਾ ਸੀ ਉਸਨੇ ਆਪਣੀ ਮਾਤਾ ਨੂੰ ਜਾ ਕੇ ਕਿਹਾ ਵੀ ਜੇ ਕਦੇ 1 ਰੁਪਇਆ ਕਿਤੇ ਕੱਢ ਕੇ ਦੇ ਤੇ ਮੇਰੀ ਸ਼ਾਦੀ ਬਾਦਸ਼ਾਹ ਦੇ ਘਰ ਹੋ ਜਾਂਦੀ ਉਸਨੇ ਕਿਹਾ ਰੁਪਇਆ ਤੇ ਕੋਈ ਹੈ ਨਹੀਂ ਪਰ ਜਦ ਤੇਰਾ ਪਿਤਾ ਮਰਿਆ ਸੀ ਉਹਦੇ ਮੂੰਹ ਦੇ ਵਿੱਚ ਰੁਪਈਆ ਪਾਇਆ ਸੀ ਕਬਰ ਪੁੱਟ ਕੇ ਦੇਖ ਲੈ ਜੇ ਲੱਭ ਜਾਏ ਤਾਂ ਉਸ ਨੇ ਕਬਰ ਪੁੱਟੀ ਕੁਦਰਤੀ ਰੁਪਈਆ ਲੱਭ ਗਿਆ ਜਦੋਂ ਪਾਦਸ਼ਾਹ ਦੇ پاس ਗਿਆ ਤੇ ਸ੍ਰੇਸ਼ਤਾ ਕਰਨ ਦੇਣੇ ਸਿਰਫ ਉਹ ਤੇ ਤਜਰਬਾ ਸੀ ਪਾਸ਼ਾ ਨੇ ਦੇਖਣਾ ਹੈ ਕਿ ਪੈਸੇ ਹੈਗੇ ਜਾਂ ਨਹੀਂ ਪਾਸ਼ਾ ਨੇ ਕਬਰਾਂ ਵੀ ਪਟਾਣਾ ਸ਼ੁਰੂ ਕੀਤੀਆਂ ਲੇਕਿਨਾਂ ਫਕੀਰ ਜਿਹੜੇ ਆ ਉਹ ਤਰੀਕੇ ਨਾਲ ਸਾਨੂੰ ਸਮਝਾਉਂਦੇ ਐ ਸਾਨੂੰ ਸਮਝ ਨਹੀਂ ਆਉਂਦੀ ਕਿਸੇ ਫਕੀਰ ਨੇ ਪਾਦਸ਼ਾ ਨੂੰ ਇੱਕ ਸੂਈ ਦੇ ਦਿੱਤੀ ਪਾਦਸ਼ਾ ਜਦ ਤੂੰ ਦੁਨੀਆ ਤੋਂ ਆਏਂਗਾ ਇਹ ਦਰਗਾਹ ਵਿੱਚ ਲੈ ਆਵੇਂ ਮੇਰੀ ਸੂਈ ਮੇਰੀ ਮਾਨਤ ਰੱਖ ਲੈ ਮੈਂ ਦਰਗਾਹ ਵਿੱਚ ਤੇਰੇ پاسੋਂ ਲੈਲਾ ਮੰਗਾ ਆਗੇ ਆਪਣੇ ਰਾਜ ਮਹਿਲਾਂ ਦੇ ਵਿੱਚ ਆਪਣੀ ਬੇਗਮ ਨੇ ਦਿੱਤੀ ਸੂਈ ਕਿ ਜਦੋਂ ਮੈਂ ਮਰਾਂਗਾ ਇਹ ਮੈਨੂੰ ਸੂਈ ਦੇਣੀ ਹੈ ਮੈਂ ਕਿਸੇ ਫਕੀਰ ਦੀ ਮਾਨਤ ਹੈ ਦੇਣੀ ਹੈ ਬੇਗਵਾਨ ਨੇ ਕਿਹਾ ਪਾਤਸ਼ਾ ਤੇਰਾ ਸ਼ਰੀਰ ਜਾਣਾ ਹੈ ਸੂਈ ਕਿਦਾਂ ਲਏਗਾ ਤੂੰ ਇਹ ਸੂਈ ਨੂੰ ਕਿਸ ਤਰ੍ਹਾਂ ਤੂੰ ਲੈ ਸਕਦਾ ਹੈ ਜਦ ਆਪਸ দেয়া ਉਸ ਵੇਲੇ ਤੂੰ ਕੁਝ ਵੀ ਨਹੀਂ ਲੈ ਸਕਦਾ ਮਾਨਤ ਪਰਾਇ ਨਾ ਰੱਖੀਏ ਦਿੱਤੇ ਹੀ ਸੁਭਾਅ ਹੋਏ ਪਰਾਇ ਮਾਨਤ ਨੂੰ ਰੱਖਣਾ ਨਹੀਂ ਚਾਹੀਦਾ ਇਹ ਦਿੱਤੀਆਂ ਹੀ ਸੋਖ ਹੋਣ ਐ ਜਦ ਵਾਪਸ ਦੇ ਆ ਜਿਹੜੇ ਵਾਪਸ ਦੇਣ ਗਿਆ ਫਕੀਰ ਨੇ ਕਿਹਾ 파షా ਸਲਾਮਤ ਇੱਕ ਮਾਸਾ ਕ ਬਜਨ ਹੁੰਦਾ ਹੈ ਸੂਈ ਦਾ ਤੂੰ ਜਿਹੜੀ ਇਨੀ ਮਾਇਆ ਦੁਨੀਆ ਦੀ ਇਕੱਠੀ ਕੀਤੀ ਐ ਇਹ ਵੀ ਤੇ ਲਿਆਉਣੀ ਐ ਨਾ ਤੇ ਇੱਕ ਮੇਰੀ ਨਾਲ ਸੂਈ ਵੀ ਲੈ ਆਵੇਂ ਕੀ ਫਰਕ ਪੈਣ ਲਗਾ ਕਿਆ ਲਗਾ ਜੀ ਜੇ ਸੂਈ ਨਹੀਂ ਮੈਂ ਲਿਆ ਸਕਦਾ ਤੇ ਫਿਰ ਮਾਇਆ ਵੀ ਮੈਂ ਕਿਸ ਨਾਲ ਲਿਆਉਣੀ ਹੈ ਜੇ ਤੈਨੂੰ ਪਤਾ ਕਿ ਮਾਇਆ ਮੈਂ ਨਹੀਂ ਲਿਆਉਣੀ ਤੇ ਫਿਰ ਕਿਉਂ ਤੂੰ ਗਰੀਬਾਂ ਦੇ ਖੂਨ ਖਾ ਰਿਆਂ ਤੂੰ ਲਟਾ ਦੇ ਉਸਨੂੰ ਗਰੀਬਾਂ ਨੂੰ ਮਾਇਆ ਨੂੰ ਸਮਝ ਆ ਗਈ ਕਾਰੂ ਪਾਤਸ਼ਾਹ ਨੂੰ ਸਾਰੀ ਮਾਇਆ ਲਟਾ ਦਿੱਤੀ ਔਰ ਆਪਣੀ ਗਿਰਦੈਰੀ ਤੇ ਲਿਖਿਆ ਕਿ ਜਦੋਂ ਵੀ ਮੈਂ ਮਰਾਂਗੇ ਮੇਰੇ ਹੱਥ ਨੰਗੇ ਰੱਖਣੇ ਹੈ ਇਸ ਵਾਸਤੇ ਕਿ ਸਿਰਫ ਲੋਕਾਂ ਨੂੰ ਦੱਸਣ ਵਾਸਤੇ ਕਿ ਮੈਂ ਖਾਲੀ ਹੱਥੇ ਚਲੇ ਆਂ ਮੈਂ ਕੁਝ ਲੈ ਕੇ ਨਹੀਂ ਚਲੇ ਇਥੋਂ ਲੈਣਾ ਇਸਨੇ ਕੀ ਹੈ ਜੋ ਨੇਕ ਪਾਕ ਕੰਮ ਕਰਨੇ ਜੋ ਅੱਛੇ ਕੰਮ ਕਰਨੇ ਆ ਉਹ ਇਹਦੀ ਜਾਇਦਾਦ ਬਣਨੀ ਹੈ ਔਰ ਇਹ ਜਾਇਦਾਦਾਂ ਸਾਡੀਆਂ ਸਭ ਇੱਥੇ ਰਹਿ ਜਾਣੀਆਂ ਦੇਖ ਰਹੇ ਤੁਸੀਂ ਰਹਿ ਰਹੇ ਸੀ ਸ਼ੌਕਰ ਜਾ ਰਹੇ ਆ ਰਾਜੇ ਮਹਾਰਾਜੇ ਜਾ ਰਹੇ ਆ ਗਰੀ ਮੀਰ ਜਾ ਰਿਹਾ ਹੈ ਕੀ ਲੈ ਰਿਹਾ ਕੋਈ ਨਾ ਕੋਈ ਲੈ ਕੇ ਆਇਆ ਨਾ ਲੈ ਕੇ ਜਾਣਾ ਹੈ ਇਹ ਇਥੋਂ ਦਾ ਮਟੀਰੀਅਲ ਇਥੇ ਹੀ ਰਹਿਣਾ ਹੈ ਹਾਂਜੀ ਮਾਇਆ ਮੋ ਨਟ ਬਾਜੀ ਪਾਈ ਮਨ ਮੁਖ ਅੰਧ ਰਹੀ ਲਪਟਾਈ ਗੁਰਮੁਖ ਅਲਪਤ ਰਹੇ ਲਵਲਾਈ ਗੁਰਮੁਖ ਅਲਪਤ ਰਹੇ ਲਵਲਾਈ ਗੁਰੂ ਸਾਹਿਬ ਜੀ ਮਨਮੁਖ ਦੇ ਬਾਰੇ ਫਰਮਾ ਰਿਹਾ ਕਿ ਮਨਮੁਖ ਤੇ ਇਹਦੇ ਵਿੱਚ ਲਵਟਿਆ ਆ ਔਰ ਜਿਹੜੇ ਗੁਰਮੁਖ ਨੇ ਉਹ ਮਰਗਾਈ ਦੀ ਤਰ੍ਹਾਂ ਰਹਿੰਦੇ ਐ ਰਹਿੰਦੇ ਵੀ ਇੱਥੇ ਨੇ ਉਹ ਰਹਿੰਦੇ ਵੀ ਲੱਗ ਨੇ ਜਿਸ ਤਰ੍ਹਾਂ ਮਰਗਾਈ ਪਾਣੀ ਵਿੱਚ ਰਹਿੰਦੀ ਏ ਪਾਣੀ ਵਿੱਚ ਖਾਂਦੀ ਪੀਂਦੀ ਏ ਪਾਣੀ ਵਿੱਚ ਹੀ ਉਹਦਾ ਕਾਰਵਿਆਰ ਸਾਰੇ ਲੇਕਿਨ ਜਦੋਂ ਉੱਡਦੀ ਏ ਉਹ ਸੁੱਕੇ ਪਰਾਂ ਨਾਲ ਉੱਡ ਜਾਂਦੀ ਏ ਇਸੇ ਤਰ੍ਹਾਂ ਗੁਰਮੁਖ ਰਹਿੰਦੇ ਇੱਥੇ ਹੀ ਨੇ ਸਾਡੇ ਵਿੱਚ ਹੀ ਨੇ ਗੁਰਮੁਖ ਉਹ ਕਿਤੇ ਜੰਗਲਾ ਪਹਾੜਾਂ 'ਚ ਨਹੀਂ ਜਾਂਦੇ ਲੇਕਿਨ ਉਹਦਾ ਧਿਆਨ ਜਿਹੜਾ ਪ੍ਰਭੂ ਵੱਲ ਹੁੰਦਾ ਹੈ ਪਰਮਾਤਮਾ ਬਲ ਧਿਆਨ ਹੁੰਦਾ ਹੈ ਹਾਂਜੀ ਗੁਰਮੁਖ ਯੱਲੇ ਪਤ ਰਹੇ ਲਵਾਈ ਬਹੁਤੇ ਪੇਖ ਕਰੇ ਪੇਖਤਾਰੀ ਅੰਤਰ ਤ੍ਰਿਸ਼ਨਾ ਕਾਰੀ ਭੇਖ ਤਾਰੀਆਂ ਦੇ ਬਾਰੇ ਗੁਰੂ ਸਾਹਿਬ ਜੀ ਫਰਮਾ ਰਹੇ ਕਿ ਅਸੀਂ ਕੋਈ ਨਾ ਕੋਈ ਭੇਖ ਬਣਾ ਲੈਂਦੇ ਆ ਔਰ ਸੰਸਾਰ ਤੇ ਫਿਰਨਾ ਸ਼ੁਰੂ ਹੋ ਜਾਂਦੇ ਉਹ ਅੰਦਰ ਸਾਡੇ ਤ੍ਰਿਸ਼ਨਾ ਜਿਹੜੀ ਲੱਗੀ ਹੈ ਉਸ ਤ੍ਰਿਸ਼ਨਾ ਸਾਡੀ ਚੁੱਕਦੀ ਨਹੀਂ ਘਰ ਘਰ ਮੰਗਦੇ ਫਿਰਦੇ ਆ ਔਰ ਦੁਨੀਆ ਦੇ ਦਰਸ਼ਨ ਕਰਦੇ ਆ ਉਹਨੂੰ ਤ੍ਰਿਸ਼ਨਾ ਨੂੰ ਪੂਰਾ ਕਰਦੇ ਆ ਪੇਖਾਂ ਦੇ ਵਿੱਚ ਗੁਰੂ ਸਾਹਿਬ ਜੀ ਫਰਮਾਉਂਦੇ ਐ ਕਿ ਇਸ ਨੂੰ ਪੇਖ ਦੀ ਜ਼ਰੂਰਤ ਨਹੀਂ ਹੈ ਕਿਸੇ ਵੀ ਚੀਜ਼ ਦੀ ਤਬਦੀਲੀ ਕਰਨ ਦੀ ਜ਼ਰੂਰਤ ਨਹੀਂ ਹੈ ਸਿਰਫ ਤਬਦੀਲੀ ਕਰਨੀ ਹੈ ਤੇ ਆਪਣੇ ਰਾਹ ਦੇ ਦੀ ਕਰਨੀ ਹੈ ਜਿਹੜਾ ਸਾਡਾ ਰਾਹ ਦਾ ਗਲਤ ਪਾਸੇ ਜਾ ਰਿਹਾ ਹੈ ਜੋ ਅਸੀਂ ਗਲਤ ਕੰਮ ਕਰ ਰਹੇ ਆ ਅਸੀਂ ਅੱਛੇ ਕੰਮ ਕਰਨੇ ਉਸ ਪਾਸੇ ਤੇ ਅਸੀਂ ਬਦਲਣ ਦੀ ਕੋਸ਼ਿਸ਼ ਕਰਨੀ ਹੈ ਔਰ ਸਾਨੂੰ ਕੱਪੜਿਆਂ ਦੇ ਬਦਲਣ ਦੀ ਜਾਂ ਕੋਈ ਹੋਰ ਭੇਸ ਬਣਾਉਣ ਦੀ ਜ਼ਰੂਰਤ ਨਹੀਂ ਕਿ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਸਿਰਫ ਫਰਕ ਪੈਣਾ ਹੈ ਕਿ ਜਿਹੜਾ ਸਾਡਾ ਰਾਧਾ ਗਲਤ ਹੈ ਗਲਤ ਪਾਸੇ ਤੇ ਸਾਡਾ ਖਿਆਲ ਜਾਂਦਾ ਹੈ ਅਸੀਂ ਅੱਛੇ ਪਾਸੇ ਤੇ ਲੈਣਾ ਹੈ ਚੰਗੇ ਪਾਸੇ ਤੇ ਉਹ ਖਿਆਲ ਆਪਣਾ ਲੈਣਾ ਹੈ ਇਹਦੀ ਤਬਦੀਲੀ ਕਰਨੀ ਹੈ ਬਾਕੀ ਕੱਪੜਿਆਂ ਦੀ ਤਬਦੀਲੀ ਨਹੀਂ ਹੋਰ ਕਿਸੇ ਦੀ ਕੋਈ ਤਬਦੀਲੀ ਨਹੀਂ ਜੈਸਾ ਐ ਵੈਸਾ ਰਹੇ ਬੰਦਾ ਹਾਂਜੀ ਬਹੁਤੇ ਦੇਖ ਕਰੇ ਦੇਖਤਾਰੀ ਅੰਤਰ ਤ੍ਰਿਸ਼ਨਾ ਫਰੇ ਅਹੰਕਾਰੀ ਆਪਨਾ ਚੀ ਨਾ ਬਾਜੀ ਹਾਰੀ ਆਪਨਾ ਚੀਨੇ ਬਾਜੀ ਹਾਰੀ ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਕਿ ਆਪਣੇ ਆਪ ਦੀ ਪਛਾਣ ਨਹੀਂ ਇਸ ਨੇ ਕੀਤੀ ਇੱਥੇ ਆ ਕੇ ਬਾਜੀ ਹਾਰ ਗਿਆ ਦੁਨੀਆ ਦੇ ਕੰਮ ਕਰਦਾ ਰਿਹਾ ਦੁਨੀਆ ਦੀਆਂ ਪਛਾਣਾਂ ਕੀਤੀਆਂ ਲੇਕਿਨ ਆਪਣੇ ਆਪ ਨੂੰ ਨਹੀਂ ਚੀਨੇ ਇਹ ਜਿੱਤ ਹੋਈ ਸੀ ਇਸ ਦੀ ਮਨੁਸ਼ਿਆ ਜਨਮ ਦੀ ਲੇਕਿਨ ਇੱਥੇ ਆ ਕੇ ਫੇਰ ਇਸ ਨੇ ਉਹੀ ਕਰਮ ਕੀਤੇ ਫੇਰ ਆਪਣੀ ਬਾਜੀ ਹਾਰ ਗਿਆ ਹਜ਼ੂਰ ਕਈ ਵਾਰ ਕੈਦੀ ਦੀ ਸਾਖੀ ਸੁਣਾਉਂਦੇ ਹੁੰਦੇ ਕੋਈ ਕੈਦੀ ਸੀ ਜਦੋਂ ਉਹਦੀ ਕੈਦ ਪੂਰੀ ਹੋਈ ਤੇ ਆਪਣੇ ਦਰੋਗੇ ਨੂੰ ਕਿਹਾ ਕਿ ਮੇਰਾ ਬੋਰੀ ਵੀ ਇਸ ਤਰ੍ਹਾਂ ਇਕੱਠਾ ਨਾ ਕਰੇ ਪੁੱਛਿਆ ਕਿਉਂ ਕਹਿੰਦਾ ਮੈਂ ਜਾ ਕੇ ਇਹੀ ਕੰਮ ਕਰਨਾ ਫੇਰ ਇੱਥੇ ਹੀ ਆਉਣਾ ਹੈ ਸੋ ਸਾਡੀ ਹਾਲਤ ਅਸੀਂ ਬਾਜੀ ਜਿੱਤੀ ਐ ਮਨੁਸ਼ਾ ਜਨਮ ਦੀ ਮਨੁਸ਼ਾ ਜਨਮੇ ਚਾਏ ਐ ਅਸੀਂ ਇਹ ਸਾਡੀ ਆਖਰੀ ਜਨਮ ਐ ਔਰ ਇਥੇ ਆ ਕੇ ਅਸੀਂ ਨੇਕ-ਪਾਕ ਕਮਨੀ ਕੀਤੇ ਫਿਰ ਅਸੀਂ ਬਾਜੀ ਹਾਰ ਗਏ ਸਾਡੀ ਹਾਰ ਹੋ ਗਈ ਫਿਰ ਸਾਨੂੰ 84 ਵੀ ਜਾਣਾ ਪਿਆ ਹਾਂਜੀ ਆਪਣਾ ਛੀ ਨੈ ਬਾਜੀ ਹਾਰੀ ਕਾਪੜ ਪਹਿਰ ਕਰੇ ਚਤਰਾਈ ਮਾਇਆ ਮੋਹ ਹਤ ਪਰਮ ਪੁਲਾਈ ਕਪੜਿਆਂ ਦੀ ਤਬਦੀਲੀ ਕਰ ਲਈ ਕੋਈ ਰੰਗਦਾਰ ਬਣਾ ਲੇ ਕੋਈ ਹੋਰ ਤਰ੍ਹਾਂ ਬਣਾ ਲੇ ਉਹ ਮਾਇਆ ਮੋਹ ਜਿਹੜੀ ਸਾਡੇ ਅੰਦਰ ਲੱਗੀ ਹੈ ਉਹਦੀ ਕੋਈ ਤਬਦੀਲੀ ਨਹੀਂ ਹੋਈ। ਉਹਦੀ ਕੋਈ ਤਬਦੀਲੀ ਨਹੀਂ ਹੋਈ। ਅਸੀਂ ਬਾਹਰਮੁਖੀ ਤਬਦੀਲੀ ਕਰ ਲਈ ਆਪਣੀ। ਸੰਤ ਕਹਿੰਦੇ ਆ ਭਾਈ ਤੂੰ ਅੰਦਰ ਦੀ ਤਬਦੀਲੀ ਕਰ। ਬਾਹਰ ਦੀ ਤਬਦੀਲੀ ਕਰਨ ਦੀ ਕੋਈ ਜ਼ਰੂਰਤ ਨਹੀਂ। ਅੰਦਰ ਆਪਣੇ ਰਾਦੇ ਨੂੰ ਤਬਦੀਲ ਕਰ। ਜਿਹੜਾ ਮਾੜੇ ਪਾਸੇ ਜਾਂਦਾ ਹੈ ਚੰਗੇ ਪਾਸੇ ਜਾਣਾ ਚਾਹੀਦਾ। ਜਿੱਦੜ ਸੰਤ ਦੱਸਦੇ ਆ ਮਹਾਂਪੁਰਖ ਸਾਨੂੰ ਸਮਝਾਉਂਦੇ ਆ ਉਸ ਪਾਸੇ ਦੇ ਆਪਣੇ ਧਿਆਨ ਨੂੰ ਕਰੀਏ। ਹਾਂਜੀ। ਆਪੜ ਪਹਿਰ ਕਰੇ ਚਤਰਾਈ ਮਾਇਆ 모ਹ ਅਤ ਪਰਮ ਪੋਲਾਈ ਬਿਨ ਗੁਰ ਸੇਵੇ ਬਹੁਤ ਦੁਖ ਪਾਈ ਬਿਨ ਗੁਰ ਸੇਵੇ ਬਹੁਤ ਦੁੱਖ ਪਾਈ ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਕਿ ਭਾਈ ਬਗੈਰ ਸਤਗੁਰ ਦੇ ਤੈਨੂੰ ਬਹੁਤ ਹੀ ਦੁੱਖ ਪਾਣਾ ਪੈਗਾ 84 ਦੇ ਵਿੱਚ ਜਿਆਦਾ ਅਸੀਂ ਜਾਂਦੇ ਆ ਤੇ ਦੁੱਖਾਂ ਦਾ ਕੋਈ ਅੰਦਾਜ਼ਾ ਨਹੀਂ ਪਤਾ ਨਹੀਂ ਕਿਹੜੇ ਕਿਹੜੇ ਜਣਾ ਵਿੱਚ ਅਸੀਂ ਜਾਣਾ ਹੈ ਕਿਹੜੇ ਕਿਹੜੇ ਦੁੱਖ ਅਸੀਂ ਪਾਣੇ ਹੈਗੇ ਜੋ ਗੁਰੂ ਸਾਹਿਬ ਜੀ ਬਾਣੀ ਚ ਫਰਮਾਰੇ ਠੀਕ ਫਰਮਾਰੇ ਬਗੈਰ ਸਤਗੁਰ ਦੇ ਬਗੈਰ ਸਤਗੁਰ ਦੀ ਸਿੱਖਿਆ ਦੇ ਸਾਨੂੰ 84 ਜਣਾ ਪਾਏਗਾ ਔਰ ਬੇਸ਼ੁਮਾਰ ਦੁੱਖ ਪਾਣਾ ਪੈਣਗੇ ਹਾਂਜੀ ਬਿਨ ਗੁਰਸੇ ਵੇ ਬਹੁਤ ਦੁੱਖ ਪਾਈ ਨਾਮ ਰਤੇ ਸਦਾ ਬੇਰਾਗੀ ਗ੍ਰਹਿ ਅੰਤਰ ਸਾਚ ਲੈਵਲਾਗੀ ਬਰਾਗੀਆਂ ਦੇ ਬਾਰੇ ਗੁਰੂ ਸਾਹਿਬ ਜੀ ਫਰਮਾ ਰਹੇ ਹੈ ਕਿ ਬਰਾਗੀ ਸਾਧੂ ਜਿਹੜੇ ਐ ਬਰਾਗਣ ਹੱਥ 'ਚ ਫੜ ਲਈਆਂ ਗੇਰੀਦਾਰ ਕੱਪੜੇ ਬਣਾ ਲੇ ਘਰ ਘਰ ਮੰਗਦੇ ਫਿਰੇ ਗੁਰੂ ਸਾਹਿਬ ਜੀ ਬਰਾਗੀ ਕਿਹਨੂੰ ਕਹਿ ਰਿਹਾ ਜਿਹੜੇ ਨਾਮ ਦੇ ਨਾਲ ਰੱਤੇ ਜਿਹੜੇ ਨਾਮ ਜਪਦੇ ਐ ਬੇਸ਼ੱਕ ਉਹ ਆਪਣੀ ਗਰੇਸ ਵਿੱਚ ਬੈਠੇ ਐ ਕੋਈ ਗੱਲ ਨਹੀਂ ਉਹ ਫੇਰ ਵੀ ਬਰਾਗੀ ਨਹੀਂ ਪਰਮਾਤਮਾ ਦੇ ਮਿਲਣ ਦਾ ਉਹਨਾਂ ਨੂੰ ਹਰ ਵਕਤ ਇਹੀ ਬਰਾਗ ਰਹਿੰਦਾ ਹੈ ਬਰਾਗੀ ਦਾ ਮਤਲਬ ਹੈ ਕਿ ਕਿਸੇ ਨੂੰ ਮਿਲਣ ਦਾ ਬਰਾਗ ਉਹਦੀਆਂ 24 ਘੰਟੇ ਗੱਲਾਂ ਉਹਦਾ ਸਿਮਰਨ ਉਹ ਕਰਦਾ ਹੈ ਮਿਲਣ ਵਾਸਤੇ ਜਿਸ ਤਰ੍ਹਾਂ ਅਸੀਂ ਕਿਸੇ ਰਿਸ਼ਤੇਦਾਰ ਨੂੰ ਸੱਜਣ ਮਿੱਤਰ ਨੂੰ ਜਾਣਾ ਹੈ ਮਿਲਣ ਵਾਸਤੇ ਤੋਂ ਪਹਿਲਾਂ ਹੀ ਅਸੀਂ ਕਈ ਦਿਨ ਉਹਦੀ ਵਿਚਾਰ ਉਹਦੀਆਂ ਗੱਲਾਂ ਉਹਦਾ ਧਿਆਨ ਪਸ਼ੂਆਂ ਤੱਕ ਵੀ ਉਹਦੇ ਘਰ ਵੱਲ ਧਿਆਨ ਜਾਂਦਾ ਹੈ ਉਹਦੇ ਬਾਲ ਬੱਚੇ ਵੱਲ ਧਿਆਨ ਜਾਂਦਾ ਹੈ ਪਹਿਲਾਂ ਹੀ ਅਸੀਂ ਕਈ ਦਿਨ ਉਹਦੇ ਵੱਲ ਅਸੀਂ ਧਿਆਨ ਕਰਦੇ ਹਾਂ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਬਾਣੀ ਚ ਫਰਮਾ ਰਹੇ ਹੈ ਕਿ ਜਿਹੜਾ ਬਰਾਗੀ ਹੈ ਜਿਹੜਾ ਨਾਮ ਨਾਲ ਰਤਿਆ ਹੈ ਨਾਮ ਜਪਦਾ ਹੈ ਉਹ ਬਰਾਗੀ ਹੈ ਜਿਹਦਾ ਪਰਮਾਤਮਾ ਦੇ ਮਿਲਣ ਦਾ ਵਰਾਗ ਹੈ ਜਿਸ ਨੂੰ ਹਰ ਵਕਤ ਉਹ ਮਾਲਕ ਦੀਆਂ ਗੱਲਾਂ ਕਰਦਾ ਹੈ ਹਰ ਵਕਤ ਉਹ ਮਾਲਕ ਵੱਲ ਧਿਆਨ ਕਰਦਾ ਹੈ ਉਸ ਨੂੰ ਬਰਾਗੀ ਕਿਹਾ ਗਿਆ ਕੱਪੜੇ ਰੰਗਾ ਕੇ ਬਰਾਗੀ ਨਹੀਂ ਬਣ ਸਕਦਾ ਬਰਾਗਣਾ ਹੱਥ 'ਚ ਫੜ ਕੇ ਬਰਾਗੀ ਨਹੀਂ ਬਣ ਸਕਦਾ ਕਿਉਂਕਿ ਉਹਦੇ 'ਚ ਉਹ ਬਰਾਗ ਨਹੀਂ ਆਇਆ ਜਿਸ ਬਰਾਗ ਨਾਲ ਇਹਦੀ ਕਲਿਆਣ ਹੋਣੀ ਹੈ ਉਹ ਬਰਾਗ ਹੈ ਨਾਮ ਈਸ਼ਵਰ ਦੀ ਭਗਤੀ ਉਹ ਬਰਾਗ ਆਇਆ ਨਹੀਂ ਸਾਡੀ ਕਲਿਆਣ ਹੋਣੀ ਨਹੀਂ ਹਾਂਜੀ ਨਾਮ ਰਤੇ ਸਦਾ ਬਹਾਰਗੀ ਗ੍ਰਹਿ ਅੰਤਰ ਸਾਚ ਲੇਵਲਾਗੀ ਨਾਨਕ ਸਤ ਗੁਰ ਸੇਵੇ ਸੇਵਡ ਪਾਗੀ ਨਾਨਕ ਸਤ ਗੁਰ ਸੇਵੇ ਸੇਵਡ ਪਾਗੀ ਹੁਣ ਗੁਰੂ ਸਾਹਿਬ ਜੀ ਸ਼ਬਦ ਸਮਾਪਤ ਕਰਦੇ ਹੋਈ ਕਿੱਥੇ ਆ ਕੇ ਮੁਕਾਈ ਏ ਕੇ ਪਾਏ ਜੇ ਤੂੰ ਆਪਣੇ ਭਾਗ ਬਣਾਉਣੇ ਐ ਬਹੁਤੇ ਭਾਗ ਬਣਾਉਣੇ ਐ ਤੇ ਫਿਰ ਸਤਗੁਰ ਦੀ ਛਨਣ ਵਿੱਚ ਆ ਔਰ ਜੋ ਤੈਨੂੰ ਸਤਗੁਰ ਕਹਿੰਦਾ ਸੋ ਕੰਮ ਕਰ ਤੇਰੇ ਬਹੁਤ ਬੜੇ ਭਾਗ ਬਣ ਜਾਣਗੇ ਗੁਰੂ ਸਾਹਿਬ ਜੀ ਸ਼ਬਦ ਸਮਾਪਤ ਕਰਦੇ ਹੋਏ ਭਾਗਾਂ ਦੇ ਬਾਰੇ ਫਰਮਾ ਰਹੇ ਨਾਨਕ ਸਤਗੁਰ ਸੇ ਵੇੜ ਭਾਗੀ ਜਿਨ੍ਹਾਂ ਨੇ ਸਤਗੁਰ ਦਾ ਨਾਮ ਲੈ ਕੇ ਨਾਮ ਜਪਿਆ ਮਿਹਨਤ ਕੀਤੀ ਹੈ ਉਹਨਾਂ ਦੇ ਬਹੁਤ ਵੱਡੇ ਭਾਗ ਬਣ ਗਿਆ ਜਿਹੜੇ ਮੁੱਕਣ ਜੋਗੇ ਨਹੀਂ ਰਹਿੰਦੇ ਬੇਸ਼ੁਮਾਰ ਭਾਗ ਬਣ ਜਾਂਦੇ ਅਸੀਂ ਦੁਨੀਆ ਦੇ ਕੰਮ ਬਥੇਰੇ ਕਰਦੇ ਆ ਭਾਗ ਬਣਾਉਣ ਵਾਸਤੇ ਲੇਕਿਨ ਉਹ ਸਾਡੇ ਭਾਗ ਜਿਹੜੇ ਆ ਅਸਲੀ ਨਹੀਂ ਬਣਦੇ ਨਾਸ਼ਵਾਨ ਭਾਗ ਬਣਦੇ ਆ ਜਿਹੜੇ ਸਾਡੇ ਪਾਸ ਰਹਿੰਦੇ ਨਹੀਂ ਔਰ ਜ਼ਿੰਦਗੀ ਦੀ ਸਾਡੀ ਬਿਮਾਰੀ ਬਣ ਜਾਂਦੀ ਹੈ ਉਹ ਜਿਹੜੇ ਸੰਤ ਭਾਗ ਕਹਿੰਦੇ ਆ ਇਹ ਅਸਲੀ ਭਾਗ ਇਹਨਾਂ ਨਾਲ ਸਾਡੀ ਜ਼ਿੰਦਗੀ ਜਿਹੜੀ ਹੈ ਇਹ ਸੁਫਲ ਹੋ ਜਾਂਦੀ ਹੈ ਸਾਡਾ ਆਣਾ ਸੁਫਲ ਹੋ ਜਾਂਦਾ ਹੈ ਅਸੀਂ ਆਪਣੇ ਘਰ ਚਲੇ ਜਾਂਦੇ ਹਾਂ ਮਾਲਕ ਦੇ ਨਾਲ ਮਿਲ ਜਾਂਦੇ ਹਾਂ ਕਹਿ ਦਿਓ ਸਮੁੰਦਰ ਦੀ ਬੂੰਦ ਸਮੁੰਦਰ ਚੱਲ ਗਈ ਉਹ ਵੀ ਸਮੁੰਦਰ ਬਣ ਗਈ ਅਸੀਂ ਉਸ ਮਾਲਕ ਦੇ ਸਮੁੰਦਰ ਦੇ ਵਿੱਚੋਂ ਕਤਰਾ ਨਿਕੜੇ ਹਾਂ ਔਰ ਫਿਰ ਮਿਲ ਮਿਲਾ ਕੇ ਅਸੀਂ ਉਸੇ ਸਮੁੰਦਰ ਵਿੱਚ ਦਾਖਲ ਹੋ ਗਏ ਕੌਣ ਆਏ ਕੌਣ ਜਾਏ ਸੁਖੀ ਸੁਖ ਹੈਗਾ ਹਾਂਜੀ ਨਾਨਕ ਸਤ ਗੁਰ ਸੇਵੇ ਸੇਵਡ ਪਾਗੀ